ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਈ ਕੰਟੈਂਟ ਵਿੱਚ ਮੈਂ ਵੋਕੇਸ਼ਨਲ ਟ੍ਰੇਨਰ ਵਿਜੇ ਕੁਮਾਰ گورਮੈਂਟ ਸੀਨੀਅਰ ਸੈਕੰਡਰੀ ਸਕੂਲ ਪੀਰ ਮਮਦ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਡੀ ਸਟੂਡੈਂਟ ਅੱਜ ਆਪਾਂ ਟ੍ਰੇਡ ਪਲੰਬਿੰਗ ਕਲਾਸ 9 ਦਾ ਯੂਨਿਟ 2 ਇਸ ਵੀਡੀਓ ਸੈਸ਼ਨ ਵਿੱਚ ਡਿਸਕਸ ਕਰਾਂਗੇ ਤਾਂ ਸਟਾਰਟ ਕਰਦੇ ਹਾਂ ਜੋ ਅੱਜ ਦੇ ਆਪਣੇ ਯੂਨਿਟ ਦਾ ਨਾਮ ਹੈ ਟੂਲਸ ਫਾਰ ਪਲੰਬਿੰਗ ਪਲੰਬਿੰਗ ਟੂਲਸ जो भी आप पलम्बर यूज़ करते हैं जो टूल्स यूज करते हैं उन्हें बारे डिस्कस करा कंटेंट है अपना सैशन ऑब्जैक्टिव इंट्रोडक्शन होल्डिंग टूल्स फिटिंग टूल्स कटिंग टूल्स पाइप बैंडिंग टूल्स अदर टूल्स सेफ्टी ड्यूरिंग वर्क अ समरी ये सारा आप सैशन डिस्कस करा ਸਟਾਰਟ ਕਰਦੇ ਆਂ ਅੱਜ ਦੇ ਸੈਸ਼ਨ ਤੋਂ ਜੋ ਆਪਣਾ ਆਬਜੈਕਟਿਵ ਹੈ ਅੱਜ ਦਾ ਸੈਸ਼ਨ ਦੇ ਉਦੇਸ਼ ਤਾਂ ਇਸ ਵੀਡੀਓ ਸੈਸ਼ਨ ਨੂੰ ਦੇਖਣ ਤੋਂ ਬਾਅਦ ਸਟੂਡੈਂਟ ਸਾਰੇ ਟੂਲਸ ਨੂੰ ਚੰਗੀ ਤਰ੍ਹਾਂ ਜਾਣ ਲਵੇਗਾ ਜਿਸ ਵਿੱਚ ਜਿਵੇਂ ਕਿ ਹੋਲਡਿੰਗ ਟੂਲਸ ਫਿਟਿੰਗ ਟੂਲਸ ਕਟਿੰਗ ਟੂਲਸ ਪਾਈਪ ਬੈਂਡਿੰਗ ਟੂਲਸ ਅਤੇ ਹੋਰ ਕਈ ਟੂਲਸ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਜਾਏਗਾ ਹੁਣ ਆਪਾਂ ਸਟਾਰਟ ਕਰਦੇ ਹਾਂ ਇੰਟਰੋਡਕਸ਼ਨ ਆਫ ਪਲੰਬਿੰਗ ਪਿਛਲੇ ਲੈਸਨ ਦੇ ਵਿੱਚ ਅਸੀਂ ਪਲੰਬਿੰਗ ਦੀ ਪ੍ਰਣਾਲੀ ਦੀ ਮਹੱਤਤਾ ਇਸ ਤੇ ਪੜਾਵਾਂ ਅਤੇ ਪਲੰਮਰ ਦੀ ਭੂਮਿਕਾ ਤੇ ਜ਼ਿੰਮੇਵਾਰੀ ਦਾ ਅਧਿਆਨ ਕੀਤਾ ਹੁਣ ਅਸੀਂ ਵੱਖ-ਵੱਖਰੇ ਸੰਦਰਭ ਦੇ ਨਜ਼ਰ ਮਾਰਾਂਗੇ ਜੋ ਪਲੰਮਬਰ ਨੂੰ ਪਲੰਬਿੰਗ ਦੀਆਂ ਗਤੀਵਿਧੀਆਂ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਦੇ ਹਨ ਕਿਸੇ ਵੀ ਹੋਰ ਖੇਤਰ ਦੀ ਤਰ੍ਹਾਂ ਪਲੰਬਰ ਲਈ ਕੰਮ ਨੂੰ ਪੂਰਾ ਕਰਨ ਲਈ ਵਰਤੇ ਜਾਣ ਵਾਲੇ ਸੰਦ ਅਤੇ ਉਪਕਰਨ ਦਾ ਪੂਰਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇੱਕ ਪਲੰਬਰ ਨੂੰ ਜੋ ਜੋ ਵੀ ਆਪਣਾ ਪਲੰਬਰ ਹੈ ਜੋ ਟੂਟੀ ਫਿਕਸ ਕਰਨਾ ਜਾਂ ਮਰਮਤ ਕਰਨ ਲਈ ਕਈ ਕੰਮ ਚਾਹੀਦੇ ਹਨ। ਉਪਕਰਨ ਅਪ ਕਹਿ ਸਕਦੇ ਹਾਂ ਸਟੂਡੈਂਟ ਪਲੰਬਰ ਉਸ ਦੇ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕੀ ਉਪਕਰਨਾਂ ਨੂੰ ਯੋਜਨਾਮੰਤਰੀ ਕੇ ਨਾਲ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਨੁਕਸਾਨ ਤੋਂ ਬਚਣ ਲਈ ਸਾਵਧਾਨੀ ਨਾਲ ਉਹਨਾਂ ਟੂਲਜ਼ ਨੂੰ ਰੱਖਿਆ ਵੀ ਜਾਵੇ ਅਤੇ ਉਹਨਾਂ ਨੂੰ ਵਰਤੋਂ ਤੋਂ ਬਾਅਦ ਉਹਨਾਂ ਨਿਧਾਤ ਜਗ੍ਹਾ ਤੇ ਰੱਖਣਾ ਟੂਲਜ਼ ਨੂੰ ਕੰਮ ਕਰਨ ਦੀ ਪ੍ਰਤੀਕਿਰਿਆ ਦੇ ਅਨੁਸਾਰ ਹੀ ਆਪਾਂ ਉਸ ਨੂੰ ਸ਼੍ਰੇਣੀਬੰਦ ਵੀ ਕਰ ਸਕਦੇ ਹਾਂ ਜਿਵੇਂ ਕਿ ਆਪਣੇ ਹੋਗੇ ਹੋਲਡਿੰਗ ਟੂਲਜ਼ ਹੋਗੇ ਫਿਟਿੰਗ ਟੂਲਜ਼ ਹੋਗੇ ਕਟਿੰਗ ਟੂਲਜ਼ ਹੋਗੇ ਬੈਂਡਿੰਗ ਟੂਲਜ਼ ਇਹ ਸਾਰੇ ਟੂਲਜ਼ ਆਪਾਂ ਕੈਟਾਗਰੀਜ਼ ਵਾਈਜ਼ ਆਪਾਂ ਅੱਗੇ ਆਪਾਂ ਇਸ ਵਾਰੀ ਪੂਰੀ ਤਰ੍ਹਾਂ ਡਿਸਕਸ ਕਰਾਂਗੇ ਤਾਂ ਨੈਕਸਟ ਸਲਾਈਡ ਦੇ ਚਲਦੇ ਆਪਾਂ ਸਟੂਡੈਂਟ ਤਾਂ ਪਲੰਬਿੰਗ ਵਿੱਚ ਵਰਤੇ ਜਾਂਦੇ ਪ੍ਰਮੁੱਖ ਸਾਧਨਾਂ ਦੀ ਸ਼੍ਰੇਣੀ ਵਿੱਚ ਆਪਾਂ ਕਰਦੇ ਹਾਂ ਨੈਕਸਟ ਸਲਾਈਡ 'ਚ ਤਾਂ ਸਭ ਤੋਂ ਪਹਿਲਾਂ ਜੋ ਆਪਣਾ ਟੂਲਸ ਆਨ ਹੈ ਸਟੂਡੈਂਟ ਉਹ ਹੈ ਆਪਣਾ ਟੂਲ ਹੈ ਹੋਲਡਿੰਗ ਟੂਲਸ ਇਨਰ ਹੋਲਡਿੰਗ ਟੂਲਸ ਦੇ ਵਿੱਚ ਆਪਾਂ ਦੋ ਟੂਲਸ ਪੜ੍ਹਾਂਗੇ ਬੈਂਚ ਵਾਈਸ ਅਤੇ ਪਾਈਪ ਵਾਈਸ ਦੋ ਹੋਲਡਿੰਗ ਟੂਲਸ ਜੋ ਵੀ ਉਸ ਵਿੱਚ ਆਪਾਂ ਜੋ ਕਹਿ ਸਕਦੇ ਆ ਹੋਲਡ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਪਕੜਨਾ ਹੋਲਡ ਕਰਨਾ ਮਤਲਬ ਕਿਸੇ ਚੀਜ਼ ਨੂੰ ਪਕੜਨਾ ਹੋਲ ਜੋ ਪਾਈਪ ਜਾਂ ਪਾਈਪ ਫਿਟਿੰਗਸ ਨੂੰ ਪਕੜਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਹੋਲਡਿੰਗ ਟੂਲਸ ਆਪਾਂ ਕਹਿੰਦੇ ਹਾਂ ਆਮ ਤੌਰ ਤੇ ਜੋ ਵਰਤੇ ਜਾਣ ਵਾਲੇ ਜੋ ਟੂਲਸ ਹਨ ਆਪਣੀ ਇਹ ਵਾਲੀ ਹੋਲਡਿੰਗ ਟੂਲਸ ਉਹ ਦੋ ਹਨ ਬੈਂਚ ਵਾਈਸ ਅਤੇ ਪਾਈਪ ਵਾਈਸ ਜੋ ਬੈਂਚ ਵਾਈਸ ਹੈ ਬੈਂਚ ਵਾਈਸ ਇੱਕ ਉਪਕਰਣ ਹੈ ਜੋ ਪਲੰਮਿੰਗ ਵਿੱਚ ਕਈ ਵਸਤੂਆਂ ਨੂੰ ਪਕੜਨ ਲਈ ਵਰਤਿਆ ਜਾਂਦਾ ਹੈ ਫਾਈਲਿੰਗ ਕਰਨਾ ਚਿਪਿੰਗ ਕਰਨਾ ਸੌਇੰਗ ਕਰਨਾ ਥ레ਡਿੰਗ ਕਰਨਾ ਟੈਪਿੰਗ ਕਰਨਾ ਆਦਿ ਦੇ ਕੰਮ ਲਈ ਆਪਾਂ ਵਾਈਸ ਦੀ ਇਹ ਆਪਾਂ ਵਰਤੋਂ ਕਰਦੇ ਹਾਂ ਇਸ ਦੀ ਆਪ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਇਹ ਸਾਰੇ ਆਪਰੇਸ਼ਨਸ ਕਰਨ ਲਈ ਬੈਂਚ ਵਾਈਸ ਦੇ ਆਪਾਂ ਕਹਿ ਸਕਦੇ ਦੋ ਚਵਾੜੇ ਹੁੰਦੇ ਨੇ ਸਟੂਡੈਂਟ ਇਹ ਵਾਲੇ ਦੋ ਚਵਾੜੇ ਹੁੰਦੇ ਬੈਂਚ ਵਾਈਸ ਦੇ ਤਾਂ ਇੱਕ ਜੋ ਚਵਾੜਾ ਹੁੰਦਾ ਉਹ ਨਿਧਾਰਿਤ ਹੁੰਦਾ ਇਹ ਵਾਲਾ ਚਵਾੜਾ ਆਪਣਾ ਫਿਕਸ ਹੁੰਦਾ ਅਤੇ ਇਹ ਚਵਾੜਾ ਉਹ ਚੱਲਣਯੋਗ ਹੁੰਦਾ ਜੋ ਕਿ ਮੂਵ ਕਰਦਾ ਹੈ ਉਸ ਤੋਂ ਨੂੰ ਬਿਹਤਰ ਪਕੜ ਕਰਨ ਲਈ ਬੈਂਚ ਵਾਈਜ਼ ਤੇ ਦੋਨੋਂ ਚਵਾੜੇ ਦੇ ਉੱਤੇ ਦੋ ਪਲੇਟਾਂ ਲੱਗੀਆਂ ਹੁੰਦੀਆਂ ਠੀਕ ਹੈ ਆ ਦੋ ਪਲੇਟਸ ਲੱਗੀਆਂ ਹੋਈਆਂ ਹਨ ਆ ਦੋ ਪਲੇਟਸ ਹੁੰਦੀਆਂ ਸਟੂਡੈਂਟ ਤਾਂ ਬੈਂਚ ਵਾਈਜ਼ ਦਾ ਜੋ ਆਕਾਰ ਹੈ ਚਵਾੜੇ ਦੀ ਉਹ ਚੌੜਾਈ ਤੇ ਨਿਰਭਰ ਕਰਦਾ ਹੈ ਇੱਕ ਬੈਂਚ ਵਾਈਸ ਨੂੰ ਜੋ 볼ਟ ਦੁਆਰਾ ਇੱਕ ਟੇਬਲ ਜਾਂ ਬੈਂਚ ਤੇ ਆਪਾਂ ਨਿਧਾਰਿਤ ਕਰਦੇ ਹਾਂ ਤਾਂ ਹੈਂਡਲ ਦੀ ਮਦਦ ਨੇ ਨਾਲ ਜੋ ਆਪਾਂ ਚਬਾੜੇ ਨੂੰ ਅੰਦਰ ਤੋਂ ਬਾਹਰ ਲੈ ਕੇ ਜਾਂਦੇ ਹਾਂ ਤੇ ਜੋ ਹੈਂਡਲ ਹੈ ਉਹ 스ਪਿੰਡਲ ਦੇ ਨਾਲ ਫਿਕਸ ਕੀਤਾ ਹੁੰਦਾ ਹੈ ਠੀਕ ਹੈ ਸਟੂਡੈਂਟ ਇੱਥੇ ਇਹ ਵਾਲਾ ਜੋ ਹੈਂਡਲ ਹੈ ਉਹ ਫਿਕਸ ਕੀਤਾ ਹੁੰਦਾ ਹੈ ਤਾਂ ਜੋ ਮੂਵ ਕਰਦਾ ਹੈ ਇਸ ਤਰੀਕੇ ਨਾਲ ਬੈਂਚ ਵਾਈਸ ਤੇ ਕਿਸੇ ਵੀ ਵਸਤੂ ਨੂੰ ਕਸ ਕੇ ਬਹੁਤ ਸਾਰੇ ਕੰਮ ਨੂੰ ਆਪਾਂ ਕਰ ਸਕਦੇ ਹਾਂ ਠੀਕ ਹੈ ਸਟੂਡੈਂਟ ਤਾਂ ਇਸੇ ਤਰ੍ਹਾਂ ਆਪਣਾ ਜੋ ਨੈਕਸਟ ਜੋ ਅਗਲਾ ਟੂਲ ਹੈ ਹੋਲਡਿੰਗ ਟੂਲ ਦੇ ਵਿੱਚ ਪਾਈਪ ਵਾਇਸ ਤਾਂ ਪਾਈਪ ਵਾਇਸ ਇੱਕ ਜਿਹੜਾ ਟੂਲ ਹੈ ਜੋ ਪਾਈਪ ਫਨਲੀ ਵਰਤਿਆ ਜਾਂਦਾ ਹੈ ਤਾਂ ਪਾਈਪਾਂ ਨੂੰ ਆਪਸ ਵਿੱਚ ਜੋੜਨਾ ਥ੍ਰੈਡਿੰਗ ਕਰਨਾ ਕੱਟਣਾ ਆਦਿ ਲਈ ਪਾਈਪ ਵਾਇਸ ਦੀ ਆਪਾਂ ਵਰਤੋਂ ਕਰਦੇ ਹਾਂ ਇਹ ਦੋ ਤਰ੍ਹਾਂ ਦੇ ਹੁੰਦੇ ਹਨ ਓਪਨ ਸਾਈਡ ਅਤੇ ਫਿਕਸ ਸਾਈਡ ਓਪਨ ਸਾਈਡ ਤੋਂ ਆਪਾਂ ਵੇ ਸਟੂਡੈਂਟ ਇਸ ਸਾਈਡ ਤੋਂ ਇਹ ਓਪਨ ਹੋ ਜਾਂਦਾ ਇਹ ਵਾਲਾ ਪਾਈ ਪੁਆਇਸ ਅਤੇ ਇਹ ਤੋਂ ਇਹ ਵਾਲਾ ਜੋ ਵਾਇਸ ਹੁੰਦੇ ਦੋਨੋਂ ਸਾਈਡ ਤੋਂ ਫਿਕਸ ਹੁੰਦਾ ਇਹ ਉੱਪਰ ਨਹੀਂ ਹੁੰਦਾ ਇਹ ਵਾਲਾ ਇਸ ਕਰਕੇ ਇਹ ਫਿਕਸ ਸਾਈਡ ਹੈ ਤਾਂ ਇਹਨਾਂ ਦੇ ਅਲੱਗ-ਅਲੱਗ ਆਕਾਰ ਹੈ ਜੋ ਬਾਜ਼ਾਰਾਂ ਦੇ ਵਿੱਚੋਂ ਆਪਾਂ ਨੂੰ ਮਿਲਦੇ ਹਨ 80 mm 105 mm 130 mm 170 mm ਤੱਕ ਆਪਾਂ ਨੂੰ ਜੋ ਸਟੈਂਡਰਡ ਆਕਾਰ ਨੇ ਚ ਚਵਾੜੇ ਖੁੱਲਣ ਦੇ ਇਹਨਾਂ ਦੇ ਉਹ ਆਪਾਂ ਨੂੰ ਅਵੇਲੇਬਲ ਨਹੀਂ ਮਾਰਕੀਟ ਦੇ ਵਿੱਚ ਤਾਂ ਨੈਕਸਟ ਜੋ ਆਪਾਂ ਚੱਲਦੇ ਹਾਂ 슬ਾਈਡ ਤੇ ਤਾਂ ਅਗਲਾ ਟੂਲਸ ਆ ਆਪਣਾ ਸਟੂਡੈਂਟ ਹੈ ਫਿਟਿੰਗ ਟੂਲਸ ਤਾਂ ਫਿਟਿੰਗ ਟੂਲਸ ਦੇ ਵਿੱਚ ਆਪਾਂ ਸਟੂਡੈਂਟ ਜਦੋਂ ਕਿ ਹੋਲਡਿੰਗ ਟੂਲਸ ਦੀ ਵਰਤੋਂ ਆਬਜੈਕਟਿੰਗ ਜੋ ਵੀ ਆਪਣੇ ਆਬਜੈਕਟਸ ਨੇ ਠੀਕ ਹੈ ਵਸਤੂਆਂ ਨੇ ਪਕੜਨ ਲਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਫਿਟਿੰਗ ਟੂਲ ਦੀ ਵੀ ਵਰਤੋਂ ਆਪਾਂ ਵੱਖ-ਵੱਖਰੇ ਪਲੰਬਿੰਗ ਪ੍ਰੈਸ਼ਰ ਜਿਵੇਂ ਕਟਿੰਗ ਕਰਨ ਲਈ ਕਸਣਾ ਕਿਸੇ ਨੂੰ ਕੱਟਣਾ ਠੀਕ ਹੈ ਫਿਕਸਿੰਗ ਅਤੇ ਹੋਰ ਛੋਟੇ-ਮੋਟੇ ਕੰਮ ਲਈ ਆਪਾਂ ਫਿਟਿੰਗ ਟੂਲਸ ਦੀ ਵੀ ਵਰਤੋਂ ਕਰਦੇ ਹਾਂ ਜੇ ਫਿਟਿੰਗ ਟੂਲਸ ਦੇ ਵਿੱਚ ਅਲੱਗ-ਅਲੱਗ ਨੇ ਜਿਵੇਂ ਪਹਿਲਾ ਆਪਣਾ ਰੈਂਚ ਹੋ ਗਿਆ ਜਿਵੇਂ ਇੱਕ ਹੱਥ ਨਾਲ ਚੱਲਣ ਵਾਲੀ ਟੂਲਸ ਹਨ ਜਿਵੇਂ ਕੀ ਇਹ ਜਿਆਦਾਤਰ ਜਿਵੇਂ ਕਿਸੇ ਚੀਜ਼ ਨੂੰ ਨਟ ਬੋਲਟ ਨੂੰ ਖੋਲਣਾ ਠੀਕ ਹੈ ਕਸਣ ਲਈ ਜਾਂ ਪਾਈਪ ਨੂੰ ਕਸਣ ਲਈ ਆਪਾਂ ਰੈਂਚ ਦੀ ਵਰਤੋਂ ਕਰਦੇ ਹਾਂ ਠੀਕ ਹੈ ਕਿਸੇ ਚੀਜ਼ ਨੂੰ ਢਿੱਲਾ ਜਾਂ ਕੱਸਣ ਲਈ ਆਪਾਂ ਜ਼ਿਆਦਾਤਰ ਰੈਂਚ ਦੀ ਵਰਤੋਂ ਆਪਾਂ ਪਲੰਬਿੰਗ ਸੈਕਟਰ ਦੇ ਵਿੱਚ ਕਰਦੇ ਹਾਂ ਤਾਂ ਰੈਂਚ ਦੇ ਵਿੱਚ ਆਪਾਂ ਦੇਖਦੇ ਹਾਂ ਦੋ ਤਰ੍ਹਾਂ ਦੇ ਜਿਵੇਂ ਇੱਥੇ ਇੱਕ ਆਪਾਂ ਨੂੰ ਅਡਜਸਟੇਬਲ ਰੈਂਚ ਦਿਖਾਈ ਦੇ ਰਿਹਾ ਠੀਕ ਹੈ ਇੱਕ ਸਿੰਪਲ ਰੈਂਚ ਹੁੰਦਾ ਠੀਕ ਹੈ ਜਿਸ ਵਿੱਚ ਆਪਾਂ ਕੀ ਖਾਸ ਤੌਰ ਤੇ ਜੋ ਵੀ ਇੱਥੇ ਤੁਹਾਨੂੰ ਪਿਛਲੀ ਸਾਈਡ 'ਚ ਦਿਖਾਉਣਾ ਇਹ ਵਾਲਾ ਜੋ ਹੈ ਰੈਂਚ ਸਟੂਡੈਂਟ ਪਾਈਪਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ ਠੀਕ ਹੈ ਇਹਦੇ ਵੀ ਦੋ ਚਬਾੜੇ ਹੁੰਦੇ ਇੱਕ ਤਰ੍ਹਾਂ ਦੇ ਅਤੇ ਇੱਕ ਫਿਕਸ ਹੁੰਦਾ ਹੈ ਅਤੇ ਇੱਕ ਮੂਵੇਬਲ ਹੁੰਦਾ ਹੈ ਠੀਕ ਹੈ ਤਾਂ ਇਸ ਵਿੱਚ ਅਡਜਸਟੇਬਲ ਰੈਂਚ ਵੀ ਆਉਂਦਾ ਜੋ ਤੁਹਾਨੂੰ ਨੈਕਸਟ ਦਿਖਾਉਣੇ ਮੈਂ ਬੋਲਿਆ ਅਡਜਸਟੇਬਲ ਰੈਂਚ ਦੇ ਵਿੱਚ ਕੀ ਹੁੰਦਾ ਹੈ ਸਟੂਡੈਂਟ ਅ ਜੋ ਕਹਿ ਸਕਦੇ ਹਾਂ ਕਿਸੇ ਵੀ ਅਜੀਬ ਅਤੇ ਨਿਯਮਿਤਕਾਰ ਦੇ ਬੋਲਟ ਨੂੰ ਖੋਲਣ ਅਤੇ ਕੱਸਣ ਲਈ ਇਸ ਕਿਸਮ ਦੇ ਰੈਂਚ ਦੀ ਆਪਾਂ ਵਰਤੋਂ ਕਰਦੇ ਹਾਂ ਠੀਕ ਹੈ ਤਾਂ ਕਹਿ ਸਕਦੇ ਹਾਂ ਵਾਲਵ ਟੂਟੀ ਗੀਜ਼ਰ ਲਚਕਦਾਰ ਪਾਈਪਾਂ ਦੀ ਨੂੰ ਕੱਸਣੇ ਖੋਲਣ ਦੀ ਇਸ ਦੀ ਆਪਾਂ ਵਰਤੋਂ ਆਮ ਕਰਦੇ ਹਾਂ ਠੀਕ ਹੈ ਤਾਂ ਇਸ ਦੇ ਮਤਲਬ ਵੀ ਇਸ ਤੇ ਵੀ ਦੋ ਚਬਾੜੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਨਿਧਾਰਤ ਅਤੇ ਇੱਕ ਚਲਣਯੋਗ ਹੁੰਦਾ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਵੀ ਦੋ ਚਬਾੜੇ ਨੇ ਇੱਕ ਇੱਕ ਫਿਕਸ ਹੈ ਅਤੇ ਇੱਕ ਚਲਣਯੋਗ ਹੁੰਦਾ ਹੈ ਤਾਂ ਚੱਲਣ ਵਾਲਾ ਫਲੇਟ ਚਬਾੜਾ ਇੱਕ ਪੇਚ ਦੇ ਸਮਰਥਨ ਦੇ ਨਾਲ ਸਥਿਰ ਚਬਾੜੇ ਦੀ ਬੋਡੀ ਵਿੱਚ ਖਿਸਕਦਾ ਹੈ ਅਤੇ ਸਮਤਲ ਚਬਾੜਿਆਂ ਦੇ ਵਿਚਕਾਰ ਲਈ ਵਿਚਕਾਰ ਵਾਲੀ ਜਗ੍ਹਾ ਨਟ ਬੋਲਟ ਨੂੰ ਖੋਲਣ ਲਈ ਵਰਤੀ ਜਾਂਦੀ ਹੈ ਜੋ ਇਹ ਵਾਲੀ ਸੈਂਟਰ ਵਾਲੀ ਜਗ੍ਹਾ ਇਹ ਨਟ ਬੋਲਟ ਖੋਲਣ ਲਈ ਵਰਤੀ ਜਾਂਦੀ ਹੈ ਅਤੇ ਆਹ ਵਾਲਾ ਸਕਰੂ ਹੈ ਸਕਰੂ ਦੀ ਮਦਦ ਨਾਲ ਇਸਾਈਜ਼ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ਤਾਂ ਫਿਟਿੰਗ ਟੂਲਸ ਦਾ ਜੋ ਆਪਣਾ ਨੈਕਸਟ ਟੂਲ ਹੈ ਉਹ ਹੈ ਵਾਟਰ ਪੰਪ ਪਲਾਇਰ ਤਾਂ ਫਿਕਸਿੰਗ ਪ੍ਰਕਿਰਿਆ ਦੇ ਦੌਰਾਨ ਕਿਸੇ ਨੂੰ ਕਸਨਾ ਅਤੇ ਢਿੱਲਾ ਕਰਨ ਲਈ ਪਲੰਬਰ ਦੁਆਰਾ ਇਸ ਟੂਲ ਦੀ ਆਪ ਵਰਤੋਂ ਕੀਤੀ ਜਾਂਦੀ ਹੈ ਵਾਟਰ ਪੰਪ ਪਲਾਇਰ ਦੀ ਨਿਰਮਾਣ ਲਈ ਸਟੀਲ ਦੀ ਵਰਤੋਂ ਆਪਾਂ ਕਰਦੇ ਆ ਸਟੀਲ ਦੇ ਦੁਆਰਾ ਇਹਨੂੰ ਮੈਨੂਫੈਕਚਰ ਕੀਤਾ ਜਾਂਦਾ ਹੈ ਇਸ ਦੀ ਜੋ ਸਟੈਂਡਰਡ ਆਕਾਰ ਹੈ ਉਹ 250 mm ਤੱਕ ਆਪਾਂ ਨੂੰ ਅਵੇਲੇਬਲ ਹੈ ਮਾਰਕੀਟ ਦੇ ਵਿੱਚ ਤੇ ਦੋਨੋਂ ਚਬਾੜੇ ਦੇ ਵਿਚਕਾਰ ਦੀ ਜੋ ਚੌੜਾਈ ਹੈ ਉਹ 40 mm 40 mm ਤੱਕ ਆਪਾਂ ਅਵੇਲੇਬਲ ਹੈ ਆਪਾਂ ਨੂੰ ਮਾਰਕੀਟ ਦੇ ਵਿੱਚ ਤਾਂ ਜੋ ਨੈਕਸਟ ਟੂਲ ਹੈ ਆਪਣਾ ਸਟੂਡੈਂਟ ਸਪੈਨਰ ਤਾਂ ਸਪੈਨਰ ਜੋ ਵੀ ਅਲਗ-ਅਲਗ ਸਪੈਨਰ ਨੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਾਰ ਚਾਰ ਤਰ੍ਹਾਂ ਦੇ ਸਪੈਨਰ ਦਿਖਾਵਾਂਗੇ ਵਿੱਚ ਤਾਂ ਕਿਸੇ ਵੀ ਨਿਯਮਿਤ ਜਾਂ ਜਿਵੇਂ ਕਹਿ ਸਕਦੇ ਆ ਸਟੈਂਡਰਡ ਆਕਾਰ ਦੇ ਨਟ ਬੋਲਟ ਨੂੰ ਖੋਲਣ ਅਤੇ ਕੱਸਣ ਲਈ ਸਪੈਨਰ ਦੀ ਵਰਤੋਂ ਕੀਤੀ ਜਾਂਦੀ ਹੈ ਵਰਤੇ ਜਾਣ ਵਾਲੇ ਸਟੈਂਡਰਡ ਸਪੈਨਰ ਹਨ ਜਿਵੇਂ ਕਿ ਰਿੰਗ ਸਪੈਨਰ ਦਿਖਾਈ ਦੇ ਰਿਹਾ ਹੈ ਤੁਹਾਨੂੰ ਡਾਇਗ੍ਰam ਦੇ ਵਿੱਚ ਓਪਨ ਐਂਡ ਸਪੈਨਰ ਦੋ ਸਪੈਨਰ ਅੱਗੇ ਦਿਖਾ ਦਿੱਤਾ ਤਾਂ ਤੁਹਾਨੂੰ ਮੈਂ ਪਹਿਲਾਂ ਬਾਈ ਹੈਕਸਾਗਨਲ ਰਿੰਗ ਸਪੈਨਰ ਅਤੇ ਕੰਬੀਨੇਸ਼ਨ ਸਪੈਨਰ ਜਿਵੇਂ ਕਿ ਓਪਨ ਐਂਡ ਸਪੈਨਰ ਦੇ ਵਿੱਚ ਤੁਸੀਂ ਸਟੂਡੈਂਟ ਦੇਖ ਰਹੇ ਹੋ ਕਿ ਇਸ ਕਿਸਮ ਦੇ ਸਪੈਨਰ ਦੋਵਾਂ ਪਾਸੇ ਤੋਂ ਖੁੱਲੇ ਹੁੰਦੇ ਹਨ ਠੀਕ ਹੈ ਵਰਗ ਜਾਂ ਹੈਕਸਾਗਨਲ ਨਟ ਬੋਲਟ ਨੂੰ ਖੋਲਣ ਲਈ ਸਪੈਨਰ ਦੇ ਚਬਾੜਿਆਂ ਵਿੱਚ ਨਟ ਬੋਲਟ ਦੇ ਸਿਰਿਆਂ ਨੂੰ ਰੱਖਿਆ ਜਾਂਦਾ ਹੈ ਠੀਕ ਹੈ ਅਤੇ ਲੋੜੀ ਦੀ ਤਾਕਤ ਦੇ ਅਨਸਾਰ ਇਸ ਸਪੈਨਰ ਨੂੰ ਕਮਾਇਆ ਜਾਂਦਾ ਹੈ ਠੀਕ ਹੈ ਤਾਂ ਰਿੰਗ ਸਪੈਨਰ ਦੇ ਵਿੱਚ ਕੀ ਹੁੰਦਾ ਦੋਨੋਂ ਸਾਈਡ ਰਿੰਗ ਬਣੀ ਹੁੰਦੀ ਹੈ ਆ ਇਸ ਵਿੱਚ ਕੀ ਹੈ ਪ੍ਰੋਸੈਸ ਸੇਮ ਹੀ ਹੈ ਬਟ ਇਹਨ ਵਿੱਚ ਕੀ ਹੈ ਤਿਲਕਣਾ ਜਾਂ ਨੁਕਸਾਨ ਹੋਣਾ ਸਲਿੱਪ ਹੋਣਾ ਉਹਦੇ ਵਿੱਚ ਇਹ ਬਹੁਤ ਘੱਟ ਚਾਂਸ ਹੁੰਦੇ ਆ ਰਿੰਗ ਸਪੈਨਰ ਦੇ ਵਿੱਚ ਮਤਲਬ ਕਹਿ ਸਕਦੇ ਆ ਸਲਿੱਪਿੰਗ ਨਹੀਂ ਹੁੰਦੀ ਠੀਕ ਹੈ ਫਰੋਜ਼ਿੰਗ ਪ੍ਰਕਿਰਿਆ ਦੁਆਰਾ ਇਹਨੂੰ ਆਪਾਂ ਮੈਨੂਫੈਕਚਰ ਕਰਦੇ ਹਾਂ ਤੇ ਇਹ ਕ੍ਰੋਮੀਅਮ ਪਲੇਟਿੰਗ ਕੀਤੀ ਹੁੰਦੀ ਹੈ ਇਹਨਾਂ ਦੇ ਉੱਪਰ ਦੋ ਇਹ ਵਾਲੇ ਆਪਾਂ ਨੂੰ ਹੋਰ 스ਪੈਨਰ ਦਿਖਾਈ ਦੇ ਰਹੇ ਨੇ ਬਾਏ ਹੈਕਸਾਗੋਨਲ ਰਿੰਗ 스패너 ਅਤੇ ਕੰਬੀਨੇਸ਼ਨ 스패너 ਤਾਂ ਕੰਬੀਨੇਸ਼ਨ ਜੋ 스패너 ਹੈ ਉਹ ਇੱਕ 스패너 ਇੱਕ ਦੂਸਰੇ ਇੱਕ ਸੇ ਸਾਈਡ ਤੋਂ ਖੁੱਲੇ ਹੁੰਦਾ ਤਾਂ ਇੱਕ ਸਾਈਡ ਤੋਂ ਰਿੰਗ ਬਣੇ ਹੁੰਦੇ ਇਹਦੇ ਵਿੱਚ ਠੀਕ ਹੈ ਤਾਂ ਇਹ ਵਾਲਾ 스패너 ਹੁੰਦਾ ਤਾਂ ਇਸ ਵਿੱਚ ਬਾਏ ਹੈਕਸਾਗੋਨਲ ਜਿਹੜਾ 스패너 ਹੈ ਆਪਣਾ ਉਹਦੇ ਵਿੱਚ ਕੀ ਹੈਕਸਾਗੋਨਲ ਜਾਂ ਵਰਗ ਕਰਦੇ ਜੋ ਨਟ ਬੋਲਟ ਖੋਲਣ ਲਈ ਇੰਦੀ ਦੋਵੇਂ ਸਰੀਆਂ ਦੀ ਸ਼ਕਲ ਤੋਂ ਸ਼ਕਲ ਬਾਈ ਹੈਕਸਾਗੋਨਲ ਹੁੰਦੀ ਹੈ ਇਹਨਾਂ ਦੀ ਦੋਵੇਂ ਦੀ ਸ਼ਕਲ ਬਾਈ ਹੈਕਸਾਗੋਨਲ ਹੁੰਦੀ ਹੈ ਦੋਵੇਂ ਸਰੀਆਂ ਦੇ ਆਕਾਰ ਲਗਾਤਾਰ 6 ਮਿਲੀਮੀਟਰ ਅਤੇ 7 ਮਿਲੀਮੀਟਰ ਆਪਾਂ ਨੂੰ ਆ ਕਹਿ ਸਕਦੇ ਹਾਂ ਦੇਖਣ ਨੂੰ ਮਿਲਦੇ ਨੇ ਅਲੱਗ-ਅਲੱਗ ਆਕਾਰਾਂ ਦੇ ਵਿੱਚ ਇਹ ਆਪਾਂ ਨੂੰ ਅਵੇਲੇਬਲ ਨੇ ਮਾਰਕੀਟਸ ਦੇ ਵਿੱਚ ਤਾਂ ਇਹ ਚਾਰਤਮ ਨੇ ਸਪੈਨਰਸ ਐਂਡ ਸਟੂਡੈਂਟ ਕਟਿੰਗ ਟੂਲਸ ਦੇ ਵਿੱਚ ਹੁਣ ਆਪਾਂ ਨੈਕਸਟ ਟੂਲ ਡਿਸਕਸ ਕਰਾਂਗੇ ਉਹ ਹਨ ਟੂਲਸ ਕਟਿੰਗ ਟੂਲਸ ਕਟਿੰਗ ਟੂਲਸ ਬਹੁਤ ਇੰਪੋਰਟੈਂਟ ਟੂਲਸ ਨੇ ਪਲੰਬਿੰਗ ਸੈਕਟਰ ਦੇ ਵਿੱਚ ਉਹ ਟੂਲਸ ਜੋ ਪਾਈਪ ਫਿਕਸਚਰ ਅਤੇ ਨਟ 볼ਟ ਆਦਿ ਨੂੰ ਖੋਲਣ ਦੇ ਲਈ ਕੰਮ ਜੋ ਜਾਣੇ ਜਾਂਦੇ ਹਨ ਤਾਂ ਕਿਸੇ ਚੀਜ਼ ਨੂੰ ਕਟਿੰਗ ਕਰਕੇ ਉਸ ਨੂੰ ਖੋਲਣਾ ਤਾਂ ਆਪਾਂ ਉਸ ਨੂੰ ਆਪਾਂ ਕਟਿੰਗ ਟੂਲਸ ਕਹਿ ਸਕਦੇ ਹਾਂ ਆਮ ਤੌਰ ਤੇ ਜੋ ਵਰਤੇ ਜਾਣ ਵਾਲੇ ਟੂਲਸ ਹਨ ਉਹ ਹਨ ਪਹਿਲਾ ਟੂਲ ਹੈ ਆਪਣਾ ਪਾਈਪ ਕਟਰ ਇਹ ਟੂਲ ਦੀ ਵਰਤੋਂ ਹਦੋਂ ਕੀਤੀ ਜਾਂਦੀ ਜਦੋਂ ਖਾਸ ਤੌਰ ਤੇ ਅਾਹ ਕਹਿ ਸਕਦੇ ਹਾਂ ਹੈਕਸੇਦੀ ਵਰਤੋਂ ਜਿੱਥੇ ਨਹੀਂ ਆਪਾਂ ਕਰ ਸਕਦੇ ਉੱਥੇ ਆਪਾਂ ਇਸ ਦੀ ਵਰਤੋਂ ਕਰਦੇ ਹਾਂ ਇਹ ਕੰਮ ਕਰਨ ਕਰਨ ਵਾਲੀ ਜਗ੍ਹਾ ਤੇ ਪਾਈਪ ਕੱਟਣ ਲਈ ਵਰਤਿਆ ਜਾਂਦਾ ਇੱਕ ਮੈਨੂਅਲ ਟੂਲ ਹੈ ਖਾਸ ਕਰ ਜਦੋਂ ਐਗਜ਼ਾ ਫਰੇਮ ਦੀ ਵਰਤੋਂ ਕਰਨਾ ਮੁਸ਼ਕਲ ਹੁੰਦਾ ਹੈ ਤਾਂ ਆਪਾਂ ਇਸ ਟੂਲ ਨੂੰ ਵਰਤੋਂ ਕਰਦੇ ਹਾਂ ਇਸ ਵਿੱਚ ਅਪ੍ਰੋਕਸੀਮੇਟਲੀ ਤਿੰਨ ਬਲੇਡ ਲੱਗੇ ਹੁੰਦੇ ਹਨ ਇੱਥੇ ਇੱਕ ਵਨ ਸਾਈਡ ਠੀਕ ਹੈ ਇੱਥੇ ਬਲੇਡਸ ਹੁੰਦੇ ਨੇ ਜੋ ਕੀ ਕਹਿ ਸਕਦੇ ਆ ਬਲੇਡਸ ਹੁੰਦੇ ਨੇ ਜਿਹਦੇ ਵਿੱਚ ਆਪਾਂ ਕੀ ਲਗਾਤਾਰ ਇਸ ਹੈਂਡਲ ਨੂੰ ਘੁਮਾਉਂਦੇ ਜਾਂਦੇ ਆ ਤਾਂ ਬਲੇਡ ਲਗਾਤਾਰ ਕਟਿੰਗ ਕਰਦਾ ਜਾਂਦਾ ਹੈ ਇਹਦੇ ਵਿੱਚ ਠੀਕ ਹੈ ਤਾਂ ਇਹ ਡਿਪੈਂਡ ਕਰਦਾ ਹੈ ਕਿ ਇਹਦੇ ਵਿੱਚ ਤਿੰਨ ਵੀ ਇੱਕ ਬਲੇਡ ਵੀ ਹੋ ਸਕਦੇ ਨੇ ਇਹਦੇ ਵਿੱਚ ਠੀਕ ਹੈ ਇੱਥੇ ਦੋ ਚੱਕਰ ਵੀ ਲੱਗੇ ਹੋ ਸਕਦੇ ਆ ਠੀਕ ਹੈ ਤਿੰਨੋਂ ਸਾਈਡ ਵੀ ਬਲੇਡਸ ਹੋ ਸਕਦੇ ਨੇ ਠੀਕ ਹੈ ਸਟੂਡੈਂਟ ਤਾਂ ਨੈਕਸਟ ਸਲਾਈਡ ਤੇ ਆਪਾਂ ਚੱਲਦੇ ਆ ਸਟੂਡੈਂਟ x ਇਹ ਤੁਹਾਨੂੰ ਆਮ ਤੌਰ ਤੇ ਦੋਵਾਂ ਹੱਥਾਂ ਨਾਲ ਵਰਤੇ ਜਾਂਦੇ ਆ ਪਲਾਸਟਿਕ ਪਾਈਪ ਸਟੀਲ ਦੀ ਰੋਡ ਲੋਹੇ ਦੀ ਐਂਗਲਸ ਆਦਿ ਨੂੰ ਮਤਲਬ ਕੱਟਣ ਲਈ ਇਸਦੀ ਆਪ ਵਰਤੋਂ ਕਰਦੇ ਨਟ ਬੋਲਟਸ ਤੋਂ ਵੀ ਇਹਦੇ ਦੁਆਰਾ ਕੱਟਿਆ ਜਾ ਸਕਦਾ ਹੈ x ਦੇ ਮਤਲਬ ਪੂਰਨ ਜੋ ਹਿੱਸੇ ਹਨ ਤੁਹਾਨੂੰ ਦਿਖਾਈ ਦੇ ਰਹੇ ਹਨ ਡਾਇਗ੍ਰam ਦੇ ਵਿੱਚ ਹੈਂਡਲ ਹੋ ਗਿਆ ਇਸ ਤੋਂ ਬਾਅਦ ਫਰੇਮ ਹੋ ਗਿਆ ਬਲੇਡ ਅਡਜਸਟਿੰਗ ਨਟ ਹੋ ਗਿਆ ਠੀਕ ਹੈ ਸਾਈਡ ਤੇ ਕੰਮ ਕਰ ਲਈ ਹੱਥ ਨਾਲ ਚੱਲਣ ਵਾਲੇ ਹੈਕਸਾ ਵੀ ਵਰਤੇ ਜਾਂਦਾ ਪਰ ਜੋ ਭਾਰੀ ਕਟਿੰਗ ਕਰਨੀ ਹੈ ਜਾਂ ਕੋਈ ਚੀਜ਼ ਐਹੋ ਜੀ ਜਿੰਦਾ ਬਹੁਤ ਜ਼ਿਆਦਾ ਸਾਈਜ਼ ਹੈ ਠੀਕ ਹੈ ਥਿਕਨੈਸ ਬਹੁਤ ਜ਼ਿਆਦਾ ਹੈ ਤਾਂ ਆਪਾਂ ਹੈਕਸਾ ਜੋ ਵਰਕਸ਼ਾਪ ਦੇ ਵਿੱਚ ਯੂਜ਼ ਕਰਦੇ ਹਾਂ ਪਾਵਰ ਹੈਕਸੇ ਦੀ ਵਰਤੋਂ ਵੀ ਆਪਾਂ ਕਰ ਸਕਦੇ ਹਾਂ ਤਾਂ ਜੇਕਰ ਅਸੀਂ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਆਪਾਂ ਨੂੰ ਇਹ ਵਾਲਾ ਹੈਂਡ ਹੈਕ ਸਾਈਜ਼ ਜੋ ਆਪਾਂ ਕਹਿ ਸਕਦੇ ਹਾਂ ਯੂਜ਼ ਮੈਨੂਅਲ ਜੋ ਓਪਰੇਟ ਹੁੰਦਾ ਹੁੰਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਨੈਕਸਟ ਟੂਲ ਆਪਾਂ ਹੁਣ ਆਪਾਂ ਡਿਸਕਸ ਕਰਾਂਗੇ ਸਟੂਡੈਂਟ ਉਹ ਹੈ ਆਪਣਾ ਪਾਈਪ ਬੈਂਡਿੰਗ ਟੂਲਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਾਈਪ ਨੂੰ ਬੈਂਡ ਕਰਨ ਲਈ ਵਰਤੇ ਜਾਂਦਾ ਹੈ ਠੀਕ ਹੈ ਤਾਂ ਬਹੁਤ ਸਾਰੇ ਪਲੰਮਿੰਗ ਆਪਰੇਸ਼ਨ ਵਿੱਚ ਪਾਈਪਾਂ ਦੀ ਲੋਡ ਹੁੰਦੀ ਹੈ ਆਪਾਂ ਨੂੰ ਠੀਕ ਹੈ ਤੇ ਲੋਡ ਅਨਸਾਰ ਵੱਖ-ਵੱਖ ਕੋਣ ਤੇ ਉਸ ਨੂੰ ਬੈਂਡ ਕਰਨ ਲਈ ਟੂਲ ਵਰਤੇ ਜਾਂਦੇ ਹਨ ਇਹਨਾਂ ਵਿੱਚੋਂ ਕੁਝ ਖਾਸ ਟੂਲ ਜੋ ਵੀ ਹਨ ਜਿਵੇਂ ਕਿ ਦਿਖਾਈ ਦੇ ਰਹੀ ਹੈ ਤੁਹਾਨੂੰ ਮਸ਼ੀਨ ਪਾਈਪ ਬੈਂਡਿੰਗ ਮਸ਼ੀਨ ਤਾਂ ਕਹਿ ਸਕਦੇ ਆ ਇਹ ਟੂਲ ਪਾਈਪ ਨੂੰ ਮਾਡਲ ਲਈ ਵਰਤੇ ਜਾਂਦੇ ਹਨ ਆਕਾਰ ਅਤੇ ਮਸ਼ੀਨ ਦੀ ਤਾਕਤ ਪਾਈਪ ਦੇ ਵਿਆਸ ਅਤੇ ਪਾਈਪ ਦੀ ਸਮਗਰੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਜੋ ਬੈਂਡਿੰਗ ਕਰਨਾ ਹੈ ਆਪਾਂ ਪਾਈਪ ਨੂੰ ਜਿਸ ਪਾਈਪ ਨੂੰ ਬੈਂਡ ਕਰਨਾ ਹੈ ਉਹ ਡਿਪੈਂਡ ਕਰਦਾ ਹੈ ਕਿ ਉਹ ਪਾਈਪ ਕਿਸ ਮਟੀਰੀਅਲ ਦੀ ਬਣੀ ਹੋਈ ਹੈ ਠੀਕ ਹੈ ਤਾਂ ਉਸ ਨੂੰ ਉਸ ਮਸ਼ੀਨ ਦੇ ਵਿੱਚ ਫਿੱਟ ਕਰਕੇ ਉਸ ਪਾਈਪ ਨੂੰ ਆਪਾਂ ਬੈਂਡ ਕਰ ਸਕਦੇ ਆ ਠੀਕ ਹੈ ਸਟੂਡੈਂਟ ਤਾਂ ਅਲੱਗ-ਅਲੱਗ ਮਸ਼ੀਨਸ ਨੇ ਪਾਵਰ ਮਸ਼ੀਨ즈 ਦੀ ਲੋੜ ਪੈ ਸਕਦੀ ਹੈ ਜੇਕਰ ਆਪਾਂ ਕਹਿ ਸਕਦੇ ਆ ਜੇਕਰ ਉਹ ਕਿਸੇ ਆਇਰਨ ਦੀ ਜਿਵੇਂ ਕਿ ਗਲਵੈਨਾਈਜ਼ਡ ਆਇਰਨ ਦੀ ਪਾਈਪਸ ਨੂੰ ਯੂਜ਼ ਕੀਤਾ ਜਾਂਦਾ ਤਾਂ ਉਸ ਨੂੰ ਬੈਂਡ ਕਰਨ ਲਈ ਪਾਵਰ ਬੈਂਡਿੰਗ ਮਸ਼ੀਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਠੀਕ ਹੈ ਸਟੂਡੈਂਟ ਤਾਂ ਪਾਈਪ ਨੂੰ ਬੈਂਡ ਕਰਨ ਲਈ ਆਪਾਂ ਪਾਈਪ ਬੈਂਡਿੰਗ ਟੂਲਜ਼ ਦੀ ਵਰਤੋਂ ਕਰਦੇ ਆ ਤਾਂ ਹੁਣ ਆਪਾਂ ਡਿਸਕਸ ਕਰਦੇ ਆ ਥ੍ਰੈਡਿੰਗ ਡਾਈਸ ਤਾਂ ਪਾਈਪ ਅਤੇ ਫਿਕਸਰ ਜੋੜਨ ਲਈ ਥ੍ਰੈਡਿੰਗ ਕਰਨਾ ਬਹੁਤ ਮਹੱਤਵਪੂਰਨ ਹੈ ਥ੍ਰੈਡਿੰਗ ਡਾਈ ਨੂੰ ਥ੍ਰੈਡ ਬਣਾਉਣ ਲਈ ਆਪਾਂ ਵਰਤਦੇ ਹਾਂ ਇੱਕ ਪਾਈਪ ਜਿੱਥੇ ਇਸ ਨੂੰ ਇੱਕ ਹੋਰ ਪਾਈਪ ਨਾਲ ਜੋੜਿਆ ਜਾਣਾ ਹੈ ਇਸ ਦੀ ਆਪਾਂ ਵਰਤੋਂ ਕਰਦੇ ਹਾਂ ਤੁਹਾਡੇ ਸਾਹਮਣੇ ਦੋ ਇੱਥੇ ਡਾਈਜ਼ ਪਈਆਂ ਹਨ ਠੀਕ ਹੈ ਇਸ ਇਸ ਹੈਂਡਲ ਦੇ ਵਿੱਚ ਇਸ ਨੂੰ ਫਿਕਸ ਕਰਕੇ ਦੋਨੋਂ ਡਾਈਜ਼ ਤਾਂ ਆਪਾਂ ਇਸ ਨੂੰ ਪਾਈਪ ਜਿੱਥੋਂ ਆਪਾਂ ਥ੍ਰੈਡਸ ਕਰਨੇ ਹਨ ਥ੍ਰੈਡਸ ਦਾ ਮਤਲਬ ਚੂੜੀਆਂ ਬਣਾਉਣੀਆਂ ਹਨ ਉੱਥੇ ਆਪਾਂ ਇਸ ਨੂੰ ਉਂਦੀ ਪਰ ਚੜਾ ਕੇ ਇਸ ਨੂੰ ਰੋਟੇਟ ਕਰਦੇ ਆ ਤਾਂ ਆਪਣੀਆਂ ਜੜੀਆਂ ਚੂੜੀਆਂ ਬਣਦੀਆਂ ਜਾਂਦੀਆਂ ਨੇ ਥ੍ਰੈਡਸ ਬਣਦੇ ਜਾਂਦੇ ਨੇ ਇਸ ਪੂਰੇ ਪ੍ਰੋਸੈਸ ਨੂੰ ਥ੍ਰੈਡਿੰਗ ਕਿਹਾ ਜਾਂਦਾ ਹੈ ਚੂੜੀਆਂ ਬਣਾਉਣ ਦੇ ਪ੍ਰੋਸੈਸ ਨੂੰ ਥ੍ਰੈਡਿੰਗ ਕਿਹਾ ਜਾਂਦਾ ਹੈ ਤਾਂ ਇਸ ਬਣਾਉਣ ਲਈ ਆਪਾਂ ਕਿਹੜਾ ਟੂਲ ਯੂਜ਼ ਕਰਦੇ ਆ ਥ੍ਰੈਡਿੰਗ ਡਾਈਜ਼ ਯੂਜ਼ ਕਰਦੇ ਆ ਠੀਕ ਹੈ bari ਚੂੜੀਆਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਸਟੂਡੈਂਟ ਹੁਣ ਆਪਾਂ ਗੱਲ ਕਰਦੇ ਆ ਅਦਰ ਟੂਲਸ अदर टूल्स भी अपने ट्वेंटी प्लस घटो घट भी तो ज़्यादा टूल्स ने अपना इन्हें चेक करके डिस्कस करा सारे टूल्स तो जो भी अपना पहला टूल है वो है अपना चीज़ल तो मैं सारे टूल्स एक बार नाम बोल देना फर्स्ट है अपना चीज़ल सैकेंड अ थोड़ा हैमर चेन रेंच रोवर जंपर ट्रोवल स्क्रिू ड्राइवर फाइल प्लायर कॉकिंग टूल्स ड्रिल मशीन ड्रिल बिट हैंगर मेजिंग टेप प्लम रोल या बॉब, स्पिरिट लेवल, स्पेड, शॉवल पिकैक्स मोटर पैन मैसन स्क्वायर, वाटर लेवल ट्यूब ये सारे टूल्स आप एक करके डिस्कस करेंगे स्टूडेंट तो अपना जो पहला टूल है वो है चीज़ल ਤਾਂ ਇਹ ਸਖਤਾਤ ਨਾਲ ਬਨੇ ਹੁੰਦੇ ਹੈ ਠੀਕ ਹੈ ਇਹ ਅਤੇ ਜ਼ਿਆਦਾਤਰ ਕਟਿੰਗ ਕਰਨ ਲਈ ਆਪਾਂ ਇਸ ਦੀ ਵਰਤੋਂ ਕਰਦੇ ਹਾਂ ਇੱਕ ਥੋੜੇ ਦੀ ਮੰਨਾਂ ਕੰਕਰੀਟ ਸਤ੍ਹਾ ਅਤੇ ਕੰਨ ਵਿੱਚ ਗਰੂਪਸ ਬਣਾਉਣ ਲਈ ਠੀਕ ਹੈ ਤਾਂ ਇਹਦੀ ਆਪਾਂ ਵਰਤੋਂ ਕਰਦੇ ਹਾਂ ਠੀਕ ਹੈ ਇਹ ਕਾਫੀ ਹਾਰਡ ਮਟੀਰੀਅਲ ਦੀ ਬਣੀ ਹੁੰਦੀ ਹੈ ਚੀਜ਼ਲ ਜਿਸ ਕਰਕੇ ਇਸ ਦੇ ਪਿੱਛੇ ਆਪਾਂ ਲਗਾਤਾਰ ਸਟ੍ਰਾਈਕ ਕਰਦੇ ਹਾਂ ਥੋੜੇ ਦੀ ਮਦਦ ਨਾਲ ਪਿੱਛੇ ਸੱਟ ਮਾਰਦੇ ਹਾਂ ਤਾਂ ਆਪਾਂ ਕਿਸੇ ਵੀ ਚੀਜ਼ ਨੂੰ ਆਪਾਂ ਬ੍ਰੇਕ ਕਰ ਸਕਦੇ ਹਾਂ ਦੀ ਮਦਦ ਦੇ ਨਾਲ ਠੀਕ ਹੈ ਤਾਂ ਜ਼ਿਆਦਾਤਰ ਇਹਨੂੰ ਦੀਵਾਰ ਦੇ ਵਿੱਚ ਆਪਾਂ ਯੂਜ਼ ਕਰਦੇ ਆਂ ਕਿਸੇ ਸਖ ਚੀਜ਼ ਨੂੰ ਕਟਿੰਗ ਕਰਨ ਲਈ ਜਾਂ ਗਰੂਵਸ ਬਣਾਉਣ ਲਈ ਠੀਕ ਹੈ ਪਾਈਪ ਫਿਟਿੰਗ ਦੇ ਵੇਲੇ ਇਸ ਦੀ ਕਾਫੀ ਜ਼ਰੂਰਤ ਹੁੰਦੀ ਆਪਾਂ ਨੂੰ ਇਸ ਚੀਜ਼ ਦੀ ਫਰਸਟ ਟੂਲ ਹੋ ਗਿਆ ਆਪਣਾ ਨੈਕਸਟ ਟੂਲ ਹੈ ਹੈਮਰ ਹਥੌੜਾ ਜੋ ਹਥੌੜਾ ਇੱਕ ਸਿਰਾ ਜਿਸ ਦਾ ਕਠੋਰ ਹੁੰਦਾ ਹੈ ਤੇ ਇਹ ਅਤੇ ਸਟੀਲ ਲੋਹੇ ਦਾ ਜਿਹੜਾ ਹੁੰਦਾ ਹੈ ਅਤੇ ਦੂਜੇ ਪਾਸੇ ਜੋ ਇਹਦੇ ਲੱਕੜ ਦਾ ਹੈਂਡਲ ਜਿਆਦਾ ਬਣਿਆ ਹੁੰਦਾ ਹੈ ਤੇ ਹਥੌੜੇ ਦੇ ਲੋਹੇ ਵਾਲਾ ਸਿਰੇ ਦਾ ਇੱਕ ਪਾਸੇ ਤੋਂ ਫਲੈਟ ਹੁੰਦਾ ਹੈ ਅਤੇ ਦੂਸਰੇ ਪਾਸੇ ਤੋਂ ਤਿੱਖਾ ਇਸ ਨੂੰ ਆਪਾਂ ਕਹਿ ਸਕਦੇ ਆ ਪੀਨ ਕਿਹਾ ਜਾਂਦਾ ਹੈ ਠੀਕ ਹੈ ਪੀਨ ਨੂੰ ਵੱਖ-ਵੱਖ ਆਕਾਰ ਜਿਵੇਂ ਕਿ ਬਾਲ ਪੀਨਸ ਕ੍ਰਾਸ ਪੀਨ ਅਤੇ ਸਿੱਧੇ ਪੀਨ ਦੇ ਅਨੁਸਾਰ ਸ਼੍ਰੇਣੀਬੰਦ ਆਪਾਂ ਕੀਤਾ ਹੈ ਕੀਤਾ ਜਾ ਸਕਦਾ ਹੈ ਠੀਕ ਹੈ ਸਖਤ ਸਟੀਲ ਦੇ ਬਣੇ ਥੋੜੇ ਨੂੰ ਇੰਜੀਨੀਅਰਿੰਗ ਥੋੜੇ ਵਜੋਂ ਵੀ ਜਾਣਿਆ ਜਾਂਦਾ ਹੈ एक किलोग्राम का थोड़ा जो सब तो ज़्यादा यूज़ किया जाता पलम्बिंग सैक्टर हम आप नैक्सट टूल डिस्कस करा चेन रेंच आम होल्डिंग टूल के मामले में यह ज़्यादातर सहायता करते हैं जिमें कि मान लो कह सकते व्डे पाइप्स के जो व्यास होंगे जो पाइप्स के जेकर व्यास ज्यादा है तो आप इस उत्थे ही यूज़ करना अदरवाइज इनका ਇਹਨਾਂ ਯਾਦਾ ਯੂਜ਼ ਨਹੀਂ ਹੁੰਦਾ ਅ ਇਸ ਦਾ ਯੂਜ਼ ਸਿਰਫ ਉਦੋਂ ਹੋਏਗਾ ਜਦੋਂ ਕਿਸੇ ਵੱਡੇ ਘਰ ਦੇ ਪਾਈਪ ਨੂੰ ਕਹਿ ਸਕਦੇ ਆ ਫਿਕਸ ਕਰਨਾ ਹੈ ਆਪਾਂ ਜੋੜਨਾ ਹੈ ਉਸ ਦੇ ਵਿੱਚ ਉਦੋਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਚੇਨ ਵਿੱਚ ਅ ਕਹਿ ਸਕਦੇ ਆ ਦੰਦਾ ਵਾਲਾ ਬਲਾਕ ਇੱਕ ਹੈਂਡਲ ਅਤੇ ਚੇਨ ਵਿੱਚ ਹੁੰਦੀ ਹੈ ਚੇਨ ਨੂੰ ਘੁਮਾ ਕੇ ਪਾਈਪ ਤੇ ਚੜਾਇਆ ਜਾਂਦਾ ਹੈ ਅਤੇ ਇਸ ਦੀ ਮਦਦ ਮਦਦ ਦੀ ਪકડ ਦੀ ਮਦਦ ਨਾਲ ਮਤਲਬ ਇਸ ਨੂੰ ਖੋਲਿਆ ਜਾਂ ਕੱਸਿਆ ਜਾ ਸਕਦਾ ਹੈ ਇਹ ਰੈਂਚ ਦਾ ਜੋ ਸਾਈਜ਼ ਹੈ ਤੁਹਾਨੂੰ ਇਹਦੇ ਵਿੱਚ ਦਿਖਾਈ ਦੇ ਰਿਹਾ 3 ਇੰਚ 4 ਇੰਚ 6 ਇੰਚ ਅਤੇ 12 ਇੰਚ 3 ਇੰਚ ਲਈ 475 4 ਲਈ 585 6 ਲਈ 384 8 ਲਈ 11 1100 mm ਅਤੇ 12 ਲਈ 360 mm ਬਾਜ਼ਾਰ ਵਿੱਚ ਇਸ ਦਾ ਸਾਈਜ਼ ਉਪਲਬਧ ਹੈ ਹੁਣ ਅਪ ਡਿਸਕਸ ਕਰਾਂਗੇ ਰੋਵਰ ਜੰਪਰ ਇੱਕ ਅੰਦ ਵਿੱਚ ਗੈਪ ਨੂੰ ਲੀ ਵਰਤੀ ਜਾਂਦੀ ਹੈ ਤਾਂ ਜੋ ਪਲੰਬਿੰਗ ਫਿਕਚਰ ਸਥਿਰ ਕੀਤੇ ਜਾ ਸਕਣ ਨੈਕਸਟ ਟੂਲ ਹੈ ਆਪਣਾ ਟ੍ਰੋਵਲ ਜਿਨਾਈ ਦੇ ਕੰਮ ਲਈ ਸੀਮੈਂਟ ਅਤੇ ਰੇਤ ਨੂੰ ਮਿਲਾਉਣ ਲਈ ਵਰਤੀ ਜਾਂਦੀ ਹੈ ਇਹ ਪਲਾਸਟਰ ਕਰਨ ਲਈ ਵੀ ਇਸ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਮਿਸਤਰੀਆਂ ਦੁਆਰਾ ਇਹ ਟੂਲ ਵੀ ਆਮ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ ਤੇ ਪਲੰਬਿੰਗ ਸੈਕਟਰ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਟੂਲ ਆਪਣਾ ਹੈ ਪੇਚਕਸ ਇਹ ਟੂਲ ਅਕਸਰ ਪੇਚਾਂ ਨੂੰ ਫਿਟ ਕਰਨ ਲਈ ਵਰਤਿਆ ਜਾਂਦਾ ਹੈ ਇਸ ਦੀ ਇੱਕ ਟਿੱਕੀ ਨੋਕ ਹੁੰਦੀ ਹੈ ਜੋ ਆਸਾਨੀ ਨਾਲ ਪੇਚ ਫਿਟ ਹੋ ਜਾਂਦਾ ਹੈ ਜਿਸ ਵਿੱਚ ਅਤੇ ਵੱਖ-ਵੱਖ ਅਕਾਰ ਦੇ ਪੇਚਾਂ ਲਈ ਵੱਖ-ਵੱਖ ਪੇਚਾਂ ਦੀ ਮਤਲਬ ਪੇਚ ਕਸਣ ਦੀ ਆਪਾਂ ਵਰਤੋਂ ਕਰਦੇ ਹਾਂ ਇੱਕ ਨੰਬਰ ਦੁਆਰਾ ਵੱਖ-ਵੱਖ ਨੋਕਾਂ ਦੇ ਨੋਕਾਂ ਵਾਲੇ ਪੇਚਕਸ ਦੀ ਵਰਤੋਂ ਆਪਦੇ ਸੈਕਟਰ ਦੇ ਵਿੱਚ ਕੀਤੀ ਜਾਂਦੀ ਹੈ ਨੈਕਸਟ ਟੂਲ ਫਾਈਲ ਇਹ ਹੱਥ ਨਾਲ ਚੱਲਣ ਵਾਲਾ ਟੂਲ ਕਈ ਤਰ੍ਹਾਂ ਦੇ ਕੰਮ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਤਿੱਕੇ ਕਿਨਾਰਿਆਂ ਨੂੰ ਹਟਾਉਣਾ ਧਾਇਤ ਨੂੰ ਹਟਾਉਣਾ ਜੌਬ ਨੂੰ ਰੂਪ ਦੇਣਾ ਸਤਹ ਦੀ ਧੂੜ ਹਟਾਉਣਾ ਰੇਤੀ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਇਹ ਸਾਰਾ ਕੰਮ ਕਰਨ ਲਈ ਕਹਿ ਸਕਦੇ ਆਪਾਂ ਇਹ ਸਾਰਾ ਵਾਲਾ ਜੋ ਇਹਨੂੰ ਆਪਾਂ ਯੂਜ਼ ਕਰਦੇ ਹਾਂ ਇਹਦੇ ਪੰਜ ਭਾਗ ਨੇ ਪੰਜ ਜੋ ਇਹਦੇ ਪਾਰਟਸ ਹੁੰਦੇ ਨੇ ਟੈਂਡ ਹੀਲ ਫੇਸ ਕਿਨਾਰਾ ਅਤੇ ਟਿਪ ਇਹਦੇ ਪੰਜ ਪਾਰਟਸ ਹੁੰਦੇ ਹਨ ਕੰਮ ਦੇ ਅਨਸਾਰ ਵੱਖ-ਵੱਖਰੇ ਕਿਸਮ ਦੇ ਫਾਈਲ ਦੀ ਸ਼ਕਲ ਹੁੰਦੀ ਹੈ ਜਿਵੇਂ ਕਿ ਹੈਂਡ ਰਾਉਂਡ ਪਿਲਰਸ ਸਕੁਆਇਰ 3 ਸਕੁਆਇਰ ਹਾਫ ਰਾਉਂਡ ਫਲੈਟ ਨਾਈਫ ਠੀਕ ਹੈ ਅਤੇ ਐਜ ਅਤੇ ਨੀਡਲ ਫਾਈਲ ਵੀ ਕਹਿ ਸਕਦੇ ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਫਾਈਲਸ ਨੇ ਜੋ ਅਲੱਗ-ਅਲੱਗ ਸੈਕਟਰ ਦੇ ਵਿੱਚ ਯੂਜ਼ ਹੁੰਦੀਆਂ ਨੇ ਅਕੋਰਡਿੰਗ ਟੂ ਰਿਕੁਆਇਰਮੈਂਟ ਪਲੇਅਰ ਇਹ ਛੋਟੇ ਆਬਜੈਕਟ ਪਕੜਨ ਲਈ ਮਹੱਤਵਪੂਰਨ ਟੂਲ ਹੈ ਅਤੇ ਕੰਮ ਦੇ ਦੌਰਾਨ ਪਲੰਬਰ ਦੁਆਰਾ ਵੱਖ-ਵੱਖ ਹਿੱਸਿਆਂ ਨੂੰ ਕੱਸਣ ਜਾਂ ਟਿੱਲਾ ਕਰਨ ਲਈ ਕਈ ਕਿਸਮ ਦੇ ਪਲਾਸਟ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਕਟਿੰਗ ਕਰਨ ਲਈ ਵੀ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਆਕਾਰ ਦੇ ਪਲਾਸਟ ਮਾਰਕੀਟ ਵਿੱਚ ਉਪਲਬਧ ਹਨ ਨੈਕਸਟ ਟੂਲ ਕੋਗਿੰਗ ਟੂਲਸ ਗੰਦ ਵਿਚਲੇ ਗੈਪ ਨੂੰ ਭਰਨ ਲਈ ਕੋਗਿੰਗ ਟੂਲ ਵਰਤੇ ਜਾਂਦੇ ਹਨ ਇਹ ਟੂਲ ਬਿਲਡਿੰਗ ਗੈਪਸ ਅਤੇ ਸਮਗਰੀ ਨੂੰ ਭਰਨ ਲਈ ਅਤੇ ਹਟਾਉਣ ਵਿੱਚ ਆਪਣੀ ਸਹਾਇਤਾ ਕਰਦੇ ਹਨ ਤਾਂ ਇਹ ਡਾਇਗਰਾਮ ਦੇ ਵਿੱਚ ਤੁਹਾਨੂੰ ਟੂਲਸ ਦਿਖ ਰਹੇ ਹਨ ਸਟੂਡੈਂਟ ਇਹ ਅਲੱਗ-ਅਲੱਗ ਵਰਤੋਂ ਲਈ ਆਪਾਂ ਇਹਨੂੰ ਯੂਜ਼ ਕਰਦੇ ਹਾਂ ਤਾਂ ਫਿਲਿੰਗ ਕਰਨ ਲਈ ਗੈਪ ਫਿਲ ਕਰਨ ਲਈ ਇਹਦੀ ਵਰਤੋਂ ਆਪਾਂ ਕਰਦੇ ਹਾਂ ਸਟੂਡੈਂਟ ਡ੍ਰਿਲ ਮਸ਼ੀਨ ਬਹੁਤ ਇੰਪੋਰਟੈਂਟ ਟੂਲ ਹੈ ਵਲਾ ਤਾਂ ਆਮ ਤੋਂ ਆਮ ਪਰ ਮਹੱਤਵਪੂਰਨ ਟੂਲ ਠੀਕ ਹੈ ਤਾਂ ਹਰੇਕ ਮੈਕਸਿਮਮ ਜੋ ਵੀ ਕੋਈ ਕਹਿ ਸਕਦੇ ਆ ਜੋ ਵੀ ਇਹਦੇ ਵਿੱਚ ਆਪਾਂ ਯੂਜ਼ ਕਰਦੇ ਵਿਅਕਤੀ ਨੂੰ ਬਹੁਤ ਸਾਰੇ ਲੋਕ ਇਹਨੂੰ ਡ੍ਰਿਲ ਮਸ਼ੀਨ ਆਮ ਯੂਜ਼ ਕਰਦੇ ਨੇ ਤਰ੍ਹਾਂ ਦੇ ਵਿੱਚ ਵੀ ਕਈਆਂ ਕੋਲ ਡ੍ਰਿਲ ਮਸ਼ੀਨਸ ਹੁੰਦੀਆਂ ਇਹ ਆਮ ਪਰ ਮਤਬੰਦਲ ਜੋ ਕਿ ਤਾਤ ਜਾਂ ਲੱਕੜ ਕੰਕਰੀਟ ਆਦੀ ਸਤ੍ਹਾਵਿਸ਼ੇਸ਼ ਬਣਾਉਣ ਲਈ ਵਰਤੀ ਜਾਂਦੀ ਹੈ ਛੇਕਣ ਲਈ ਡ੍ਰਿਲ ਮਸ਼ੀਨ ਵਿੱਚ ਡ੍ਰਿਲ ਬਿਟ ਲਗਾਇਆ ਜਾਂਦਾ ਹੈ ਅਤੇ ਇਸ ਨੂੰ ਕੁੰਜੀ ਦੀ ਸਹਾਇਤਾ ਨਾਲ ਪਾਈਸ ਨੂੰ ਕੱਸ ਦਿੰਨੇ ਆ ਤਾਂ ਜਿਸ ਦੀ ਮਦਦ ਨਾਲੇ ਸ਼ੇਕ ਕਰਦਾ ਹੈ ਤਾਂ ਇਹਦੇ ਵਿੱਚ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਨੇ ਡ੍ਰਿਲ ਬਿਟ ਨੂੰ ਜੋ ਕਿ ਆਪ ਮਸ਼ੀਨ ਵਿੱਚ ਸਥਾਪਿਤ ਕਰਨ ਤੋਂ ਪਹਿਲਾਂ ਇਸ ਨੂੰ ਤਿੱਖਾ ਕੀਤਾ ਜਾਣਾ ਚਾਹੀਦਾ ਹੈ ਅਤੇ ਡ੍ਰਿਲ ਬਿਟ ਨੂੰ ਕੱਸਣ ਲਈ ਵਰਤੀ ਜਾਂਦੀ ਕੁੰਜੀ ਨੂੰ ਕੱਸਣ ਤੋਂ ਬਾਅਦ ਹਟਾ ਦੇਣਾ ਚਾਹੀਦਾ ਹੈ ਕਈ ਵਾਰੀ ਕੀ ਕਰਦੇ ਆ ਕੁੰਜੀ ਨੂੰ ਹਟਾਇਆ ਨਹੀਂ ਜਾਂਦਾ ਤਾਂ ਉਹ ਵੀ ਨੁਕਸਾਨ ਦਾ ਇੱਕ ਹੋ ਸਕਦਾ ਹੈ ਤਾਂ ਡ੍ਰਿਲ ਮਸ਼ੀਨ ਤੋਂ ਨੈਕਸਟ ਆਪਣਾ ਜੋ ਟੂਲ ਹੈ ਡ੍ਰਿਲ ਬਿਟ ਇਹ ਕਰਨ ਜੋ ਸਮਗਰੀ ਨੂੰ ਕੱਟ ਕੇ ਸਿਲੰਡਰਿਕਲ ਸ਼ੇਕ ਬਣਾਉਣ ਵਿੱਚ ਮਦਦ ਕਰਦੇ ਹਨ ਡ੍ਰਿਲ ਬਿਟ ਅਲੱਗ-ਅਲੱਗ ਬਿਟਸ ਹੁੰਦੀਆਂ ਨੇ ਜੋ ਕਿ ਕਹਿ ਸਕਦੇ ਹਾਂ ਆਪਾਂ ਡ੍ਰਿਲ ਦੇ ਅੱਗੇ ਫਿਕਸ ਹੋ ਜਾਂਦੀਆਂ ਨੇ ਠੀਕ ਹੈ ਤਾਂ ਅਲੱਗ-ਅਲੱਗ ਬਿਟਸ ਜਿਹੜੀਆਂ ਯੂਜ਼ ਕੀਤੀ ਜਾਂਦੀਆਂ ਹਨ ਅਕੋਰਡਿੰਗ ਟੂ ਰਿਕੁਆਇਰਮੈਂਟ ਕਿ ਤੁਸੀਂ ਸ਼ੇਕ ਦੀਵਾਰ ਵਿੱਚ ਕਰਨਾ ਹੈ ਕਿ ਤੁਸੀਂ ਸ਼ੇਕ ਲੱਕੜ ਵਿੱਚ ਕਰਨਾ ਹੈ ਉਹਦੇ ਅਕੋਰਡਿੰਗ ਡ੍ਰਿਲ ਬਿਟਸ ਅਲੱਗ-ਅਲੱਗ ਯੂਜ਼ ਕੀਤੀਆਂ ਜਾਂਦੀਆਂ ਨੇ ਠੀਕ ਹੈ ਇਹਦੇ ਵਿੱਚ ਕੁਝ डायग्राम्स थोड़ी तो दिखाई दे रहे हैं अलग अलग बिट्स तो अलग अलग बिट्स जो कि की फिक्स कीतियाँ एक ड्रिल के अगे तो शेक बनाने इसकी वरतों की जाती हैं है हैंगर पाइप हैंगर का उद्देश है पाइप में फड़ना या एक स्लैब बीम छत राही पाइप में या पाइप के ने, समूह नेंगर का मुख्य काम है कि इसका मेन वर्क ही ਪਾਈਪ ਦੇ ਸਮੂਹ ਨੂੰ ਅਤੇ ਪਾਈਪ ਨੂੰ ਫੜਨਾ ਇਹਦਾ ਮੇਨ ਕੰਮ ਹੁੰਦਾ ਹੈ ਹੈਂਗਰ ਦਾ ਨੈਕਸਟ ਟੂਲ ਹੈ ਮੈਜ਼ਰਿੰਗ ਟੇਪ ਮੈਜ਼ਰਿੰਗ ਟੇਪ ਤੋਂ ਆਪ ਲੈਂਥ ਨੂੰ ਆਪਾਂ ਮੈਜ਼ਰ ਕਰਨਾ ਹੈ ਇੱਕ ਟੇਪ ਲੰਬਾਈ ਮਾਪਨ ਲਈ ਵਰਤੀ ਜਾਂਦੀ ਹੈ ਇਹ ਬਾਜ਼ਾਰ ਵਿੱਚ ਵੱਖ-ਵੱਖ ਮਟੀਰੀਅਲ ਦੇ ਵਿੱਚ ਮਿਲਦੀ ਹੈ ਜਿਵੇਂ ਕਿ ਸਟੀਲ ਕਪੜਾ ਕਹਿ ਸਕਦੇ ਆ ਪੀਵੀਸੀ ਜਿਹੜੀ ਆਪਾਂ ਜਿਵੇਂ ਕਹਿ ਸਕਦੇ ਆ ਕਪੜੇ ਦੀ ਠੀਕ ਹੈ ਆਦੀ ਦੇ ਵੱਖ-ਵੱਖ ਲੰਬਾਈ ਵਿੱਚ ਉਪਲਬਧ ਹੈ ਜਿਵੇਂ ਕਿ 1 ਮੀਟਰ 2 ਮੀਟਰ 3 ਮੀਟਰ 5 ਮੀਟਰ 10 ਮੀਟਰ 15 ਮੀਟਰ ਦੀ ਲੰਬਾਈ ਵਿੱਚ ਇਹ ਆਪਾਂ ਨੂੰ ਅਵੇਲੇਬਲ ਹਨ ਮਾਰਕੀਟ ਦੇ ਵਿੱਚ ਤਾਂ ਨੈਕਸਟ ਹੁਣ ਆਪਾਂ ਡਿਸਕਸ ਕਰਾਂਗੇ ਨੈਕਸਟ ਟੂਲ ਪਲੰਬ ਬੋਬ ਕੰਦ ਅਤੇ ਲੱਕੜ ਦੇ ਦਰਵਾਜ਼ੇ ਅਤੇ ਵਿੰਡੋ ਵਰਗੇ ਫਰੇਮ ਦੀ ਸਾਰੀ ਦੇ ਦੌਰਾਨ ਲੰਮ ਕਰੀ ਅਤੇ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਉਪਯੋਗੀ ਟੂਲ ਹੈ ਇਹ ਫਰਸ਼ ਦੇ ਸਤਹ ਦੇ ਲੈਵਲ ਕਰਨ ਲਈ ਮਦਦ ਕਰਦਾ ਹੈ ਇਸ ਵਿੱਚ ਹੋਲਡਿੰਗ ਪਾਈਪ ਤਾਗਾ ਅਤੇ ਤਾਗੇ ਦੀ ਤਾਦੀ ਬਣਾਇ ਹੋਇ ਇੱਕ ਪਲੰਬ ਬਬ ਹੁੰਦਾ ਹੈ ਇਸ ਦੇ ਅੱਗੇ ਠੀਕ ਹੈ ਪਲੰਬ ਬਬ ਹੋਲਡਿੰਗ ਪਾਈਪ ਨਾਲ ਤਾਗੇ ਦੀ ਮਦਦ ਨਾਲ ਜੁੜਿਆ ਹੁੰਦਾ ਹੈ ਠੀਕ ਹੈ ਤਾਂ ਕਹਿ ਸਕਦੇ ਹਾਂ ਇਹਦੇ ਵਿੱਚ ਇੱਕ ਥ੍ਰੈਡ ਲੱਗਾ ਹੋਇਆ ਹੈ ਨੀਚੇ ਪਲੰਬ ਬਬ ਹੈ ਤਾਂ ਇਹ ਵਰਟੀਕਲ ਬਿਲਕੁਲ ਗ੍ਰੈਵਿਟੀ ਦੀ ਸਾਈਟ ਨਾਲ ਬਿਲਕੁਲ ਟੱਚ ਕਰਦੇ ਆ ਆਪਾਂ ਇਸ ਨੂੰ ਵਰਟੀਕਲਿਟੀ ਆਪਾਂ ਚੈੱਕ ਕਰ ਸਕਦੇ ਹਾਂ ਕਿਸੇ ਚੀਜ਼ ਦੀ ਇਹਦੇ ਨਾਲ ਠੀਕ ਹੈ ਸਟੂਡੈਂਟ ਤਾਂ ਇਹ ਦੋ ਟੂਲਸ ਹਨ ਸਨ ਅਮੇਜ਼ਿੰਗ ਟੇਪ ਅਤੇ ਪਲੰਬੋ ਹੁਣ ਆਪਾਂ ਨੈਕਸਟ ਟੂ ਲਰਨ ਸਪਿਰਿਟ ਲੈਵਲ ਤਾਂ ਇਹ ਫਲੋਰ ਛਤ ਜਾਂ ਸਕਦੇ ਆਂ ਦਰਵਾਜਾ ਵਿੰਡੋ ਫਰੇਮ ਆਦਿ ਦੀ ਲੈਵਲਿੰਗ ਜਾਂਚ ਕਰਨ ਲਈ ਇਸ ਨੂੰ ਆਪਾਂ ਵਰਤੇ ਇਸ ਵਿੱਚ ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਬੱਬਲ ਠੀਕ ਹੈ ਤਾਂ ਇਹ ਬੱਬਲ ਜਦੋਂ ਸੈਂਟਰ ਦੇ ਵਿੱਚ ਹੁੰਦਾ ਤਾਂ ਇਸ ਤੋਂ ਕਨਫਰਮ ਹੁੰਦਾ ਹੈ ਕਿ ਕੋਈ ਚੀਜ਼ ਲੈਵਲ 'ਚ ਹੈ ਜਾਂ ਨਹੀਂ ਕਹੀ ਸੀਮਿੰਟ ਰੇਤ ਅਤੇ ਕੰਕਰੀਟ ਨੂੰ ਰਲਣ ਲਈ ਅਤੇ ਖੁਦਾਈ ਦੀ ਮਕਸਦ ਲਈ ਸਪੇਡਿਆ ਕਹੀ ਦੀ ਵਰਤੋਂ ਆਪਾਂ ਕਰਦੇ ਹਾਂ ਇੱਕ ਫਲੈਟ ਸ਼ੀਟ ਤੋਂ ਬਣੀ ਹੁੰਦੀ ਹੈ ਜਿਸ ਵਿੱਚ ਇੱਕ ਮੋਰਾ ਜਿਵੇਂ ਹੁੰਦਾ ਹੈ ਉਸ ਉਹ ਇਸੋ ਜਿਹੀ ਲੱਕੜ ਦੇ ਹੈਂਡਲ ਨੂੰ ਫਿਕਸ ਕੀਤਾ ਜਾਂਦਾ ਹੈ ਕਹੀ ਦਾ ਸਾਈਜ਼ ਉਸ ਦੀ ਚੌੜਾਈ ਅਤੇ ਤਖਤੀ ਦੀ ਲੰਬਾਈ ਉਸ ਦੁਆਰਾ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਨਿਰਧਾਰਤ ਕੀਤੀ ਜਾਂਦੀ ਹੈ ਤਾਂ ਨੈਕਸਟ ਟੂਲ ਹਨ ਸਟੂਡੈਂਟ ਆਪਣਾ ਸ਼ੋਵਲ ਤਾਂ ਕੰਕਰੀਟ ਨੂੰ ਮਿਲਾਉਣ ਲਈ ਅਤੇ ਮੋਟਰ ਨੂੰ ਪੈਨ ਵਿੱਚ ਪਾਉਣ ਲਈ ਵਰਤੇ ਜਾਂਦਾ ਹੈ ਇਹ ਸਟੀਲ ਚਾਦਰ ਦੇ ਬਣੇ ਹੁੰਦੇ ਹਨ ਇਹਨਾਂ ਦਾ ਸਾਈਜ਼ ਲੰਬਾਈ ਅਤੇ ਚੜਾਈ ਅਕੋਰਡਿੰਗ ਟੂ ਰਿਕੁਆਇਰਮੈਂਟ ਹੀ ਨਿਰਧਾਰਤ ਕੀਤਾ ਜਾਂਦਾ ਹੈ ਠੀਕ ਹੈ ਨੈਕਸਟ ਟੂਲ ਆਪਣਾ ਹੈ ਹੁਣ ਅਪਰ ਡਿਸਕਸ ਕਰਾਂਗੇ ਨੈਕਸਟ ਟੂਲ ਪਿਕਐਕਸ ਇਹ ਸਟੀਲ ਦੀ ਬਣੀ ਹੁੰਦੀ ਹੈ ਅਤੇ ਇਸ ਦੀ ਸਖਤ ਮਿੱਟੀ ਦੀ ਖਤਾਈ ਲਈ ਵਰਤੀ ਜਾਂਦੀ ਹੈ ਪਿਕੈਕਸ ਪਿਕੈਕਸ ਦਾ ਇੱਕ ਸਿਰਾ ਸਮਤਲ ਹੁੰਦਾ ਹੈ ਅਤੇ ਜਦੋਂ ਕਿ ਦੂਸਰਾ ਹਿੱਸਾ ਜੋ ਇਸ ਦਾ ਸਾਈਡ ਹੁੰਦਾ ਹੈ ਉਹ ਤਿੱਖਾ ਹੁੰਦਾ ਹੈ ਇਸ ਦਾ ਅਵਲਾ ਸਿਰਾ ਜਿਵੇਂ ਇੱਕ ਸਾਈਡ ਤੋਂ ਤਿੱਖਾ ਹੁੰਦਾ ਹੈ ਇੱਕ ਸਾਈਡ ਤੋਂ ਇਹ ਫਲੈਟ ਹੁੰਦਾ ਹੈ ਇਸ ਨੂੰ ਆਪਾਂ ਟੂਲ ਦਾ ਨਾਮ ਹੈ ਪਿਕੈਕਸ ਪੈਨ ਤਾਂ ਇਕਦਾਈ ਸਮਗਰੀ ਸੀਮੈਂਟ ਮੋਟਰ ਕੰਕਰੀਟ ਆਦਿ ਨੂੰ ਚੁੱਕਣ ਲਈ ਵਰਤੇ ਜਾਂਦਾ ਹੈ ਇਸ ਨੂੰ ਕਦੇ ਮਿਕਸਡ ਸੀਮੈਂਟ ਮੋਟਰ ਨਾਲ ਲਈ ਨਹੀਂ ਵਰਤੇ ਜਾਣਾ ਚਾਹੀਦਾ ਹਲਕੇ ਸਟੀਲ ਦੀ ਸ਼ੀਟ ਵਰ ਜੋ ਆਪਾਂ ਮੋਟਰ ਪੈਣ ਦੀ ਵਰਤੋਂ ਕਰਦੇ ਹਾਂ ਹ ਸਟੀਲ ਜਿਹੜਾ ਵਰਤੋਂ ਕੀਤੀ ਜਾਂਦੀ ਸ਼ੀਟ ਦੀ ਉਹ ਲਾਈਟ ਵੇਟ ਦੀ ਵੀ ਹੋਣੀ ਚਾਹੀਦੀ ਹੈ ਤਾਂ ਜੋ ਆਸਾਨੀ ਹੋਵੇ ਕਿਸੇ ਵੀ ਮੈਸਨ ਨੂੰ ਜਾਂ ਕਿਸੇ ਵੀ ਲੇਬਰ ਨੂੰ ਕੰਮ ਕਰਨ ਦੇ ਵਿੱਚ ਵੀ ਤੇ ਦੂਸਰਾ ਆਪਾਂ ਇਸ ਨੂੰ ਕੰਕਰੀਟ ਮਿਕਸ ਕਰਨ ਤੋਂ ਬਾਅਦ ਵੋਲੀਅਮ ਮੈਜ਼ਰਮੈਂਟ ਇਹਦੇ ਨਾਲ ਆਪਾਂ ਨਹੀਂ ਕਰਨਾ ਚਾਹੀਦਾ ਕੋਸ਼ਿਸ਼ ਕਰੋ ਵੋਲੀਅਮ ਮੈਜ਼ਰਮੈਂਟ ਸਟੈਂਡਰਡ ਆਕਾਰ ਦੇ ਹੀ ਇਸੇ ਬਰਤਨ ਦੇ ਨਾਲ ਹੀ ਕਰੋ ਤਾਂ ਨੈਕਸਟ ਟੂਲ ਹੈ ਆਪਣਾ ਸਟੂਡੈਂਟ ਮੈਸਨ ਸਕੁਆਇਰ ਇਹ ਬਾਹਰੀ ਅਤੇ ਅੰਦਰੂਨੀ ਕੋਣਾਂ ਦੀ ਆਕਤਾ ਕਰ ਜਾਂਚ ਕਰਨ ਲਈ ਵਰਤੀ ਜਾਂਦੀ ਹੈ ਮੈਸਨ ਸਕੁਆਇਰ ਇਹ ਕਾਰਬਨ ਸਟੀਲ ਤੋਂ ਬਣੀ ਹੁੰਦੀ ਹੈ ਇਨੇ ਦੋਵੇਂ ਪਾਸੇ ਤੋਂ ਮਾਪ ਇੰਚ ਜਾਂ ਸੈਂਟੀਮੀਟਰ ਵਿੱਚ ਨਿਸ਼ਾਨਬੰਦ ਹੁੰਦਾ ਹੈ ਠੀਕ ਹੈ ਇੰਚਾਂ ਵਿੱਚ ਵੀ ਹੁੰਦਾ ਹੈ ਅਤੇ ਸੈਂਟੀਮੀਟਰ ਵਿੱਚ ਵੀ ਨਿਸ਼ਾਨਬੰਦ ਹੁੰਦਾ ਹੈ ਤਾਂ ਦੋਵੇਂ ਸਾਈਡ ਤੋਂ ਆਪਾਂ ਇਸ ਨੂੰ ਰੀਡ ਆਊਟ ਕਰਕੇ ਤੇ ਆਪਾਂ ਇਹ ਅੱਜ ਤੱਕ ਕਰਦੀ ਆਪਾਂ ਜਾਂਚ ਕਰ ਸਕਦੇ ਹਾਂ ਆਪਣੇ વોટર ਲੈਵਲ ਟਿਊਬ ਇਹ ਟਿਊਬ ਪਾਣੀ ਦੇ ਪੱਧਰ ਨੂੰ ਜਾਂਚਣ ਅਤੇ ਟਰਾਂਸਫਰ ਕਰਨ ਲਈ ਵਰਤੀ ਜਾਂਦੀ ਹੈ ਤੇ ਵਰਤੋਂ ਜੇ ਇਸ ਨੂੰ ਟੀਊਬ ਦਾ ਮਤਲਬ ਟੀਊਬ ਜੋ ਹੁੰਦੀ ਹੈ ਇਸ ਨੂੰ ਪਾਣੀ ਨਾਲ ਭਰ ਲਿਆ ਜਾਂਦਾ ਤੇ ਇਸ ਦੇ ਅਕੋਰਡਿੰਗ ਆਪਾਂ ਇਸ ਦੇ ਲੈਵਲ ਚੈੱਕ ਕਰਦੇ ਆ ਇਸ ਦਾ ਵਿਆਸ 10 ਤੋਂ 15 mm ਤੱਕ ਹੁੰਦਾ ਹੈ mm ਤੱਕ ਤੇ ਲੋਡ ਅਨਸਾਰ ਲੰਬਾਈ ਦੀ ਵਰਤੋਂ ਆਪਾਂ ਇਹਦੀ ਕਰਦੇ ਹਾਂ ਕਿੰਨੀ ਲੈਂਥ ਅਕੋਰਡਿੰਗ ਟੂ ਰਿਕੁਆਇਰਮੈਂਟ ਹੁੰਦੀ ਹੈ ਤਾਂ ਸਟੂਡੈਂਟ ਇਹ ਇਹ ਵਾਲੇ ਸਾਰੇ ਆਪਣੇ ਟੂਲਸ ਹਨ ਤਾਂ ਟੂਲਸ ਆਪਣੇ ਪੂਰੀ ਡਿਸਕਸ ਹੋ ਚੁੱਕੇ ਹਨ ਤਾਂ ਆਪਾਂ ਹੁਣ ਨੈਕਸਟ ਜੋ ਆਪਣਾ ਸੈਸ਼ਨ ਦੇ ਅਕੋਰਡਿੰਗ ਕੰਟੈਂਟ ਅਕੋਰਡਿੰਗ ਸੇਫਟੀ ਡੂਰਿੰਗ ਵਰਕ ਇਹਨਾਂ ਟੂਲਸ ਨੂੰ ਸਾਰਿਆਂ ਦੀ ਵਰਤੋਂ ਕਰਨ ਤੋਂ ਬਾਅਦ ਕੀ ਇਹਨਾਂ ਨਾਲ ਸੇਫਟੀ ਹੋਣੀ ਚਾਹੀਦੀ ਆਪਾਂ ਨੂੰ ਯੂਜ਼ ਕਰਨ ਲੱਗਿਆਂ ਤਾਂ ਜੋ ਆਪਾਂ ਅਲੱਗ-ਅਲੱਗ ਕਰਕੇ ਪੁਆਇੰਟਸ ਉੱਪਰ ਡਿਸਕਸ ਕਰਾਂਗੇ ਪਹਿਲਾ ਟੂਲਰ ਟੂਲ ਦੀ ਵਰਤੋਂ ਕਰਦੇ ਸਮੇਂ ਨਿਰਦੇਸ਼ਾਂ ਵਿੱਚ ਦੱਸੇ ਸਹੀ ਢੰਗ ਦੀ ਵਰਤੋਂ ਕਰੋ ਜੋ ਵੀ ਤੁਹਾਨੂੰ ਮੈਨੂਅਲ ਮਿਲਦਾ ਹੈ ਜੋ ਵੀ ਤੁਹਾਡੇ ਕੋਲ ਰਿਟਰਨ ਦੇ ਵਿੱਚ ਜੋ ਵੀ ਤੁਹਾਨੂੰ ਟੂਲਸ ਦੇ ਨਾਲ ਆਪਾਂ ਨੂੰ ਜੋ ਵੀ ਆਪਾਂ ਨੂੰ ਰਿਕੁਆਇਰਮੈਂਟਸ ਮਿਲਦੀਆਂ ਨੇ ਉਹਨਾਂ ਅਕੋਰਡਿੰਗ ਇਹ ਟੂਲ ਨੂੰ ਯੂਜ਼ ਕੀਤਾ ਜਾਵੇ। ਜ਼ਰੂਰਤ ਅਨਸਾਰ ਲੋੜੀ ਦੇ ਟੂਲ ਦੀ ਵਰਤੋਂ ਕਰੋ। ਉਦਾਹਰਨ ਦੇ ਲਈ ਕੱਟਣ ਕੱਟਣ ਲਈ ਇੱਕ ਹੈਕਸੇ ਦੀ ਵਰਤੋਂ ਕਰੋ ਨਾ ਕਿ ਹਥੌੜੇ ਦੀ। ਠੀਕ ਹੈ? ਜਿੱਥੇ ਜਿਸ ਟੂਲ ਦੀ ਵਰਤੋਂ ਹੈ ਉਹ ਟੂਲ ਦੀ ਹੀ ਵਰਤੋਂ ਕਰੋ। ਸੰਦਾਂ ਨੂੰ ਕੰਮ ਕਰਨ ਦੀ ਸਥਿਤੀ ਵਿੱਚ ਰੱਖੋ ਅਤੇ ਲੋੜੀ ਦੀ ਦੇਖਭਾਲ ਨੂੰ ਸੁਨਿਸ਼ਚਿਤ ਕਰੋ। ਇਹ ਜੋ ਟੂਲਸ ਨੇ ਉਹਨਾਂ ਨੂੰ ਅ ਦੇਖੋ ਠੀਕ ਹੈ ਕੰਮ ਕਰਨ ਦੀ ਸਥਿਤੀ ਚ ਰੱਖੋ ਰੱਖੋ ਉਸ ਨੂੰ ਤੇ ਲੋੜੀ ਦੀ ਮਤਲਬ ਇਹ ਨਾ ਹੋਵੇ ਕਿ ਜਦੋਂ ਤੁਸੀਂ ਟੂਲ ਯੂਜ਼ ਕਰੋ ਉਹ ਟੂਲ ਤੁਹਾਡੇ ਲਈ ਵਰਕਆਊਟ ਹੀ ਨਾ ਕਰੇ ਇਸ ਲਈ ਉਸ ਨੂੰ ਕੰਮ ਦੀ ਸਥਿਤੀ ਵਿੱਚ ਰੱਖੋ ਕਿ ਉਹ ਸਹੀ ਹੋਵੇ ਬਿਲਕੁਲ ਟੂਲ ਇਹ ਸੁਨਿਸ਼ਚਿਤ ਕਰੋ ਕਿ ਜ਼ਰੂਰੀ ਸਖਿਆਪਨ ਉਪਲਬਧ ਹਨ ਅ ਦੇ ਕੰਮ ਕਰਨ ਤੋਂ ਪਹਿਲਾਂ ਸੁਰੱਖਿਆ ਬਹੁਤ ਜ਼ਰੂਰੀ ਹੈ ਜਿਵੇਂ ਕਿ ਹੈਲਮਟ ਪੈਨ ਠੀਕ ਹੈ ਜੈਕਟ ਪੋਨ ਠੀਕ ਹੈ ਹਰ ਇੱਕ ਚੀਜ਼ ਦੀ ਰਿਕੁਆਇਰਮੈਂਟ ਨੂੰ ਪੂਰਾ ਕਰੋ ਸੇਫਟੀ ਵੈਲਟਸ ਲਗਾਉਣਾ ਸੇਫਟੀ ਸ਼ੂਜ਼ ਪੋਣਾ ਇਹ ਸਾਰੀਆਂ ਚੀਜ਼ਾਂ ਸੁਨਿਸ਼ਚਿਤ ਕਰੋ ਬਿਜਲੀ ਦੀਆਂ ਤਾਰਾਂ ਦੀ ਵਰਤੋਂ ਕਰਦੇ ਸਮੇਂ ਸੁਰੱਖਿਆ ਤਰੀਕੇ ਦੀ ਪਾਲਣਾ ਕਰੋ ਤਾਂ ਬਿਲਕੁਲ ਇਲੈਕਟ੍ਰਿਸਿਟੀ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਬਿਲਕੁਲ ਸਿਕਯੁਰ ਹੋਣਾ ਚਾਹੀਦੇ ਹੋ ਤਾਂ ਉਸ ਸਮੇਂ ਵੀ ਤੁਸੀਂ ਪੂਰੀ ਤਰ੍ਹਾਂ ਵਰਕਆਊਟ ਕਰ ਲਈਏ ਆਪਣੇ ਆਪ ਨੂੰ ਪੂਰਾ ਪ੍ਰੋਟੈਕਟ ਕਰੋ ਜੰਗਾਲ ਲਈ ਮਿੱਟੀ ਤੇ ਤੇਲ ਦੀ ਵਰਤੋਂ ਕਰੋ ਬਿਨਾਂ ਹੈਂਡਲ ਦੇ ਸਿਰਨਾ ਦੀ ਵਰਤੋਂ ਨਾ ਕਰੋ ਚੀਜ਼ਲ ਅਤੇ ਸੰਦੇ ਕਿਨਾਰੇ ਸਿਰੇ ਤੋਂ ਬੁਰਜ ਜਾਂ ਫਸੇਪ ਤਰ ਨੂੰ ਹਟਾਓ ਬਿਜਲੀ ਦੇ ਸੰਦੇ ਵਰਤੋਂ ਕਰਦੇ ਹੋਏ ਸੁਰੱਖਿਆ ਗਲਾਸਪੈਨ ਨੂੰ ਜਿਵੇਂ ਕਿ ਡ੍ਰਿਲ ਮਸ਼ੀਨ ਤਾਂ ਦੇ ਹਿੱਸੇ ਨੂੰ ਹਲਕੇ ਜੇ ਲੂਬ੍ਰੀਕੈਂਟ ਕਰੋ ਬਹੁਤ ਜ਼ਿਆਦਾ ਦਬਾਅ ਜਾਂ ਜ਼ੋਰ ਨਾ ਲਗਾਓ ਕਿਸੇ ਵੀ ਟੂਲ ਦੇ ਉੱਤੇ ਟੂਲ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ ਸੇਫਟੀ ਗੀਅਰ ਜਿਵੇਂ ਕਿ ਹੈਲਮਟ ਦਸਤਾਨੇ ਚਸ਼ਮਾ ਸੁਰੱਖਿਆ ਜੁੱਤੇ ਕਨ ਪਲੱਗ ਕਨ ਜੁਬਲਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਹੋਣੀ ਚਾਹੀਦੀਆਂ ਕਿਸੇ ਵੀ ਟੂਲਸ ਦੇ ਉੱਤੇ ਕੰਮ ਕਰਨ ਲੱਗਿਆ ਤਾਂ ਸੇਫਟੀ ਮਸਟ ਇੰਪੋਰਟੈਂਟ ਇਹ ਕੁਝ ਆਪਣੇ ਪ੍ਰੀਕਾਸ਼ਨਸਨ ਜੋ ਕੰਮ ਦੇ ਦੌਰਾਨ ਜੋ ਸੁਰੱਖਿਆ ਆਪ ਲੈਣੀ ਸੀ ਸਟੂਡੈਂਟ ਤਾਂ ਅੱਜ ਦਾ ਪੂਰਾ ਵੀਡੀਓ ਸੈਸ਼ਨ ਕੰਪਲੀਟ ਹੁੰਦਾ ਹੈ ਤੇ ਜੋ ਵੀ ਆਪਣੀ ਸਮਰੀ ਹੈ ਇਹਦੇ ਵਿੱਚ ਆਪਾਂ ਕੀ ਸਿੱਖਿਆ ਇਹ ਪਲੰਬਰ ਰਿਕਵਾਇਰ ਸੀਵਰਲ ਟੂਲਸ ਫॉर ਫਿਟਿੰਗ ਵਰਕ ਫॉर ਪਲੰਬਿੰਗ ਫਿਕਸਿੰਗ A ਟੈਪ অর ਕੈਰੀ ਆਊਟ ਰਿਪੇਅਰਸ ਇੱਕ ਪਲੰਬਰ ਨੂੰ ਬਹੁਤ ਸਾਰੇ ਟੂਲਸ ਦੀ ਵਰਤੋਂ ਰਿਕਵਾਇਰਡ ਹੁੰਦੀ ਹੈ ਬਹੁਤ ਸਾਰੇ ਟੂਲਸ ਚਾਹੀਦੇ ਨੇ ਕੋਈ ਵੀ ਕੰਮ ਕਰਨ ਲਈ ਰਿਪੇਅਰ ਕਰਨ ਲਈ ਕਿਸੇ ਵੀ ਚੀਜ਼ ਨੂੰ ਕਰਨ ਲਈ ਪਲੰਬਰ ਨੂੰ ਬਹੁਤ ਸਾਰੇ ਟੂਲਸ ਚਾਹੀਦੇ ਹਨ ਤੇ ਦ ਟੂਲਸ ਕੈਨ ਬੀ ਕੈਟੇਗਰੀਜ਼ ਐਸ ਨੇਚਰ ਆਫ ਵਰਕ ਲਾਈਕ ਹੋਲਡਿੰਗ ਟੂਲਸ ਫਿਟਿੰਗ ਟੂਲਸ ਕਟਿੰਗ ਟੂਲਸ ਥ੍ਰੈਡਿੰਗ ਅਤੇ ਬੈਂਡਿੰਗ ਟੂਲਸ ਤੇ ਅਲੱਗ-ਅਲੱਗ ਟੂਲਸ ਨੂੰ ਅਲੱਗ-ਅਲੱਗ ਸ਼੍ਰੇਣੀਆਂ ਦੇ ਵਿੱਚ ਆਪਾਂ ਵੰਡਿਆ ਇਹਦੇ ਵਿੱਚ ਤਾਂ ਇਹਨਾਂ ਚੀਜ਼ਾਂ ਬਾਰੇ ਆਪਾਂ ਚੰਗੀ ਤਰ੍ਹਾਂ ਡਿਸਕਸ ਕੀਤਾ ਤਾਂ ਇਹ ਆਪਣਾ ਜੋ ਅੱਜ ਦਾ ਸਮਰੀ ਸੀਗੀ ਸਟੂਡੈਂਟ ਤਾਂ ਇਸ ਤੋਂ ਬਾਅਦ ਆਪਣਾ ਲੈਕਚਰ ਸਮਾਪਤ ਹੁੰਦਾ ਹੈ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਥੈਂਕ ਯੂ so much ਸਟੂਡੈਂਟ